ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਸ਼ਮੀਰ ਪਾਓ ਡੁੱਬਦੇ ਪੱਥਰ ਤਾਰੇ ਪਵ ਸਾਗਰ ਛੱਲਾਂ ਮਾਰ ਪਵ ਸਾਗਰ ਛੱਲਾਂ ਮਾਰ ਛੱਲਾਂ ਮਾਰ ਅਸੰਖ ਅਵਗਣ ਮੇਰੇ ਅਸੰਖ ਅਵਗਣ ਖੱਤੇ ਫੇਰੇ ਨਿਤ ਪ੍ਰਭ ਸਭ ਭੁਲੀਐ ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੋਕ ਕਰਤ ਵਿਕਾਰ ਬਿਖਰੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵਜ ਭਵ ਸਾਗਰ ਛੱਲਾਂ ਮਾਰ ਸਾਗਰ ਛੱਲਾਂ ਮਾਰ ਸਾਗਰ ਛੱਲਾਂ ਮਾਰ
ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀ ਚੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਤ ਸੰਗਤ ਦੀਆਂ ਸ਼ਿਵ ਸਲਾਹ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋਣੀਆਂ। ਪਿਆਰੇ ਮਹਾਂਪੁਰਸ਼ ਬਚਨ ਕਰਦੇ ਪ੍ਰੇਮੀਓ, ਸਤ ਸੰਗਤ ਵਿੱਚ ਆਉਣ ਵਾਸਤੇ ਕਰੋੜ ਖਾਈ ਟੱਪ ਕੇ ਆਉਣਾ ਪੈਂਦਾ, ਭਾਵ ਸਾਰੇ ਨਹੀਂ ਆ ਸਕਦੇ। ਜਿਵੇਂ ਸ਼ੇਰ ਦਾ ਸ਼ਿਕਾਰ ਸੂਰਮੇ ਹੀ ਕਰਦੇ ਹੈ, ਇਸ ਤਰ੍ਹਾਂ ਅੰਮ੍ਰਿਤ ਵੇਲਾ ਸੂਰਮੇ ਹੀ ਸੰਭਾਲਦੇ ਹੈ। ਇਸੇ ਤਰ੍ਹਾਂ ਜਿਨ੍ਹਾਂ 'ਤੇ ਉਸ ਮਾਲਕ ਦੀ ਕਿਰਪਾ ਹੈ, ਦ੍ਰਿਸ਼ਟੀ ਹੈ, ਉਹ ਹੀ ਸਤਸੰਗ ਦੇ ਵਿੱਚ ਆ ਕੇ ਤਨਮਰ ਕਰਕੇ ਚੁੱਭੀਆਂ ਲਾਉਂਦੇ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀਓ। ਵੱਡੇ ਭਾਗਾਂ ਦੀ ਇਹ ਨਿਸ਼ਾਨੀ ਹੈ ਸਤ ਸੰਗਤ। ਸੰਗਤ ਕਹਿੰਦੇ ਆ ਜੁੜਨੀ, ਸੱਤ ਨਾਲ ਜੁੜਨਾ, ਸੱਤ ਦੀ ਵਿਚਾਰ। ਸੱਤ ਹੈ ਬ੍ਰਹਮ, ਸੱਤ ਹੈ ਪਰਮੇਸ਼ਰ ਵਾਹਿਗੁਰੂ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ। ਸੋ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਸਤ ਸੰਗਤ ਦੀ ਪ੍ਰਾਪਤੀ ਹੋਣੀ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਹਰ ਜੀਵ ਜੰਤੂ ਸੁੱਖ ਦੀ ਭਾਲ ਵਿੱਚ ਹੈ, ਚਾਹੇ ਮਨੁੱਖ ਹੈ ਚਾਹੇ ਜੀਵ ਜੰਤੂ ਨੇ। ਜਿਨ੍ਹਾਂ ਨੂੰ ਮਨੁੱਖ ਜਨਮ ਪ੍ਰਾਪਤ ਹੋ ਗਿਆ, ਗੁਰੂ ਦੀ ਸ਼ਰਨ ਵਿੱਚ ਆ ਗਏ, ਤਨ ਕਰਕੇ ਵੀ ਮਨ ਕਰਕੇ ਵੀ, ਉਹਨਾਂ ਨੂੰ ਅਸਲੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਨੂੰ ਅਵਿਨਾਸ਼ੀ ਸੁੱਖ ਕਹਿੰਦੇ ਹੈ। ਬਿਨ ਸਤਿਗੁਰੂ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ। ਇਹ ਸਮਰੱਥ ਗੁਰੂ ਦੀ ਸ਼ਰਨ ਪ੍ਰਾਪਤ ਹੋਣੀ ਇਹ ਕੋਈ ਆਮ ਗੱਲ ਨਹੀਂ, ਛੋਟੀ ਗੱਲ ਨਹੀਂ। ਨਾਨਕ ਪੂਰੇ ਭਾਗ ਸਤਿਗੁਰ ਮਿਲਿਆ, ਤੇ ਜਦੋਂ ਮਿਲਾਪ ਹੋ ਗਿਆ, ਸ਼ਰਨ ਪ੍ਰਾਪਤ ਹੋ ਗਈ, ਸੁਖ ਪਾਏ ਜੁਗ ਚਾਰ, ਸਦਾ ਵਾਸਤੇ ਭਾਵ ਅਵਿਨਾਸ਼ੀ ਸੁਖ ਪ੍ਰਾਪਤ ਹੋ ਜਾਂਦਾ। ਇੱਕ ਜੀਵਨ ਹੈ ਮਨਮਤ ਦਾ, ਇੱਕ ਜੀਵਨ ਹੈ ਗੁਰਮਤ ਦਾ। ਮਨਮਤ ਦਾ ਜੀਵਨ ਹੁਕਮ ਕੀ ਏ, ਮਨ ਭਾਮ ਦੇ ਰਾਹੇ ਭੀੜ ਹੈ ਅੱਗੇ ਜਾਮਨ, ਮਨ ਦੇ ਪਿੱਛੇ ਚੱਲਦਾ, ਗੁਰੂ ਦੀ ਮਤ ਤਾਰ ਨਹੀਂ ਕਰਦਾ, ਸੁਖ ਨਹੀਂ। ਉਸ ਜੀਵਨ ਨੂੰ ਤਰਕਾਰ ਪੈਂਦੀ ਹੈ, ਤਰਕਾਰ। ਦੂਸਰੇ ਪਾਸੇ ਹੈ ਗੁਰਮਤ, ਉੱਥੇ ਮਨ ਦੀ ਮਰਜ਼ੀ 1% ਨਹੀਂ, ਜਿਹਦੇ ਬਾਰੇ ਮਾਰ ਕਹਿੰਦੇ ਗੁਰ ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰਮਤ
ਜਿਹੜੇ ਗੁਰਮਤ ਅਨੁਸਾਰ ਚੱਲਦੇ ਹੈ ਉਸਤਤ ਮਨ ਮਹਿ ਕਰਮ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਓ ਨੈਨੋ ਪੇ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਪੂਜਨ ਮਥਾ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹ ਸੰਸਾਰ ਤੋਂ ਮੁਖ ਉਜਲੇ ਲੈ ਕੇ ਜਾਂਦੇ ਔਰ ਦੂਸਰੇ ਪਾਸੇ ਤਰਕਾਰਾਂ ਹਨ ਇਸ ਕਰਕੇ ਮਨਮਤ ਦਾ ਤਿਆਗ ਕਰਕੇ ਗੁਰਮਤ ਦੇ ਧਾਰਮੀ ਬਣਨਾ ਹੈ ਕਿੰਨਾ ਚਿਰ ਵੀ ਗੁਰਮਤ ਦੀ ਧਾਰਨੀ ਕਿੰਨਾ ਚਿਰ ਬਣਨਾ ਅਰਦਾਸ ਦੇ ਵਿੱਚ ਇੱਕ ਬੇਨਤੀ ਅਸੀਂ ਕਰਦੇ ਹਾਂ ਉਹਨਾਂ ਦਾ ਧਿਆਨ ਤਰ ਕੇ ਵਾਹਿਗੁਰੂ ਬੋਲੋ ਕਿੰਨਾ ਦਾ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਕੇਸਾਂ ਸਵਾਸਾਂ ਆਖਰੀ ਸਵਾਸ ਤੱਕ ਗੁਰਸਿੱਖ ਦਾ ਕੰਮ ਹੀ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਹੈ ਤੇ ਆਖਰੀ ਸਵਾਸ ਤੱਕ ਸਿੱਖ ਬਣੇ ਰਹਿਣਾ ਸੇਵਕ ਬਣੇ ਰਹਿਣਾ ਸਿੱਖਣਾ ਹੈ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣਾ ਸੋ ਗੁਰੂ ਮਹਾਰਾਜ ਕਹਿੰਦੇ ਨਾਨਕ ਪੂਰੇ ਭਾਗ ਸਤਿਗੁਰੂ ਮਿਲੇ ਸੁਖ ਪਾਏ ਜੁਗ ਚਾਰ ਆਹ ਬਚਨ ਸਤਿਗੁਰ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਸੁਖ ਪਾਏ ਜੁਗ ਚਾਰ ਸੁਖ ਪਾਏ ਜੁਗ ਚਾਰ ਸੁਖ ਪਾਏ ਜੁਗ ਚਾਰ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਪਹਿਲਾਂ ਬੇਨਤੀ ਕਰਾਂ ਜਿਹੜੇ ਨਹੀਂ ਆਏ ਕਿਉਂਕਿ ਮਨੁੱਖ ਜਨਮ ਪਾ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਦੁਰਲੱਭ ਦੇਹ ਪਾਈ ਵੱਡ ਭਾਗੀ ਨਾਮ ਨਾ ਜਪੈ ਤੇ ਆਤਮ ਘਾਤੀ ਉਹ ਆਤਮ ਘਾਤੀ ਨੇ ਆਤਮ ਘਾਤੀ ਜਗਤ ਸਾਈ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਮਰ ਕਹਿੰਦੇ ਉਹਨਾਂ ਦੇ ਜੀਵਨ ਨੂੰ ਤ੍ਰਿਕਾਰ ਤ੍ਰਿਗ ਤ੍ਰਿਗ ਖਾਇਆ ਜਿਵੇਂ ਆਪਾਂ ਇੱਕ ਲਿਖ ਕੇ ਜੀਰੋ ਨਾਲ ਲਿਖੀਏ ਦਸ ਇੱਕ ਜੀਰੋ ਹੋਰ ਪਾ ਦਈਏ ਸੌ ਬਣ ਜਾਂਦਾ ਤੇ ਇਸ ਤਰ੍ਹਾਂ ਜਦੋਂ ਦੋ ਵਾਰੀ ਤ੍ਰਿਗ ਆਉਂਦਾ ਨਾ
ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ। ਫਿਰ ਇੱਕ ਵਾਰ ਨਹੀਂ, ਸੌ ਸੌ ਲੱਖ ਲੱਖ ਵਾਰ ਤ੍ਰਿਕ ਪੈਂਦੀ ਹੈ ਪਿਆਰੇ, ਤ੍ਰਿਕਿਆ ਜਾਂਦਾ। ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ, ਤ੍ਰਿਕ ਤ੍ਰਿਕ ਕਾਪੜ ਅੰਗ ਚੜਾਇਆ। ਤ੍ਰਿਕ ਸਰੀਰ ਕਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ। ਤ੍ਰਿਕ ਸਰੀਰ ਕੁਟੰਬ, ਇੱਕ ਤੇ ਕੁਟੰਬ ਹੈ ਵੀ ਸਾਰਾ ਪਰਿਵਾਰ ਹੀ ਜਿੱਥੇ ਮਨਮਤ ਹੈ, ਦੂਸਰਾ ਕੁਟੰਬ ਸਾਰੇ ਸਰੀਰ ਦੇ ਅੰਗ, ਭਾਵ ਉਹ ਅੱਖਾਂ ਵੀ ਤਰਕਾਰ, ਕੰਨ ਵੀ ਤਰਕਾਰ, ਨੱਕ ਵੀ ਤਰਕਾਰ, ਜੇਬਾਂ ਵੀ ਤਰਕਾਰ, ਹੱਥ ਵੀ ਤਰਕਾਰ, ਪੈਰ ਵੀ ਤਰਕਾਰ, ਸਾਰੇ ਤ੍ਰਿਤ੍ਰ ਖਾਇਆ, ਤ੍ਰਿਤ੍ਰ ਸੋਇਆ, ਤ੍ਰਿਤ੍ਰ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ। ਅਤੇ ਜਿਹੜਾ ਅਗਲਾ ਬਚਨ ਮੇਰੇ ਸਾਹਿਬ ਕਹਿੰਦੇ, ਪੌੜੀ ਛੁੜਕੀ ਹਾਥ ਨਾ ਆਵੇ। ਪੌੜੀ ਛੁੜਕੀ, ਸਮਾਂ ਹੱਥੋਂ ਨਿਕਲ ਗਿਆ, ਸਰੀਰ ਦੇ ਵਿੱਚੋਂ ਜਿਹੜਾ ਇੱਕ ਵਾਰ ਸਵਾਸ ਹੋ ਕੇ ਚਲਾ ਗਿਆ, ਉਹ ਦੁਬਾਰਾ ਨਹੀਂ ਆਉਣਾ। ਤੇ ਇੱਕ ਇੱਕ ਸਵਾਸ ਕਰਕੇ ਜ਼ਿੰਦਗੀ ਲੰਘ ਗਈ। ਆ ਮਨੁੱਖ ਜਨਮ ਪੌੜੀ ਛੁੜਕੀ, ਕਰੋੜਾਂ ਸਾਲਾਂ ਬਾਅਦ, ਅਰਬਾਂ ਸਾਲਾਂ ਬਾਅਦ ਇਹਨੂੰ ਮਨੁੱਖ ਜਨਮ ਪ੍ਰਾਪਤ ਹੋਇਆ। ਪਰ ਬੇਕਦਰਾ ਹੈ, ਕਦਰ ਨਹੀਂ। ਇਸ ਨੂੰ ਕਦਰ ਹੈ ਧਨ ਪਦਾਰਥਾਂ ਦੀ, ਦੁਨਿਆਵੀ ਲਾਲਾਂ ਤੇ ਹੀਰਿਆਂ ਦੀ। ਪਰ ਸਾਰੀ ਦੁਨੀਆਂ ਦਾ ਧਨ ਇਕੱਠਾ ਕਰਕੇ ਦੇ ਦਈਏ, ਇੱਕ ਹੀ ਸਵਾਸ ਨਹੀਂ ਮਿਲਦਾ। ਇੱਕ ਪਾਸੇ ਦੁਨੀਆਂ ਦੇ ਹੀਰੇ ਲਾਲ ਇਕੱਠੇ ਕਰ ਲਓ, ਇੱਕ ਪਾਸੇ ਇੱਕ ਸਵਾਸ ਹੈ, ਨਹੀਂ ਮਿਲਦਾ। ਇਹਦੀ ਹਾਲਤ ਤਾਂ ਸੱਚਮੁੱਚ ਆ ਦੱਸੀ ਹੈ। ਉਹ ਬੇਕਦਰੇ ਨੇ ਕੌਡੀ ਮੁੱਲ ਪਾਇਆ, ਲੱਖਾਂ ਵਾਲੇ ਹੀਰਿਆਂ ਭੰਗ ਦੇ ਪਹਾੜੇ ਗਵਾ ਦਿੱਤੇ। ਜੇ ਕੋਈ ਕੋਠੀ ਦੇ ਵਿੱਚ ਜਿਸ ਨੂੰ ਕਰੋੜਾਂ ਰੁਪਈਏ ਲਾ ਕੇ ਤਿਆਰ ਕੀਤਾ ਹੋਵੇ, ਉੱਥੇ ਗੰਦਗੀ ਦਾ, ਰੂੜੀ ਦਾ ਢੇਰ ਲਾ ਦੇਵੇ, ਆਪਾਂ ਕੀ ਕਹਾਂਗੇ? ਕਿੰਨਾ ਮੂਰਖ ਹੈ, ਕਿੰਨਾ ਅਣਜਾਣ ਹੈ। ਇਹ ਰੂੜੀ ਦੇ ਢੇਰ ਲਾਉਣ ਵਾਸਤੇ, ਗੰਦਗੀ ਦੇ ਢੇਰ ਵਾਸਤੇ, ਇਹ ਤੇ ਰਹਿਣ ਵਾਸਤੇ ਹੈ। ਆ ਸਰੀਰ ਰੂਪੀ ਘਰ ਹੈ ਤੇ ਇਹਦੇ ਅੰਦਰ ਕੂੜ ਕਬਾੜ ਭਰਿਆ ਹੋਇਆ, ਇਹਦਾ ਖਿਆਲ ਹੀ ਨਹੀਂ ਕਰਦਾ। ਵੈਸੇ ਕਹੇਗਾ ਜੀ, ਨਾਮ ਦਾ ਰਸ ਨਹੀਂ ਆਇਆ, ਨਾਮ ਦਾ ਰਸ ਨਹੀਂ ਆਇਆ। ਮਰ ਕਹਿੰਦੇ ਤੇਰੇ ਅੰਦਰ ਕੂੜੇ ਰਸ ਭਰੇ ਹੋਏ ਨੇ, ਇੱਥੇ ਨਾਮ ਦਾ ਰਸ ਕਿੱਥੇ?
ਰਸ ਸੋਇਨਾ ਰਸ ਰੂਪਾ ਕਾਮਲ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਿਰ ਰਸ ਮੀਠਾ ਰਸ ਮਾਸ ਆ ਨੌ ਰਸਾਂ ਦਾ ਜ਼ਿਕਰ ਆਉਂਦਾ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਇੱਥੇ ਨਾਮ ਦੀ ਗੱਲ ਕਰਦੇ ਕਿਸੇ ਅਣਜਾਣ ਨੂੰ ਲਾਲ ਮਿਲਿਆ ਤੇ ਉਹਨੇ ਗਧੇ ਦੇ ਗਲ ਪਾ ਦਿੱਤਾ ਅਸੀਂ ਕਹਿੰਦੇ ਬੜਾ ਅਣਜਾਣ ਹੈ ਅਸੀਂ ਕਹਾਂਗੇ ਆ ਮੂਰਖ ਹੈ ਪਰ ਆਪਣੇ ਵੱਲ ਝਾਤੀ ਮਾਰੀਏ ਮਾਰ ਕੇ ਤੂੰ ਆਪਣਾ ਖਿਆਲ ਕਰ ਵਾਹਿਗੁਰੂ ਜੀ ਨੇ ਅਮੋਲਕ ਜਨਮ ਦਿੱਤਾ ਅਮੋਲਕ ਸਵਾਸ ਦਿੱਤੇ 24,000 ਸਵਾਸ ਆਮ ਬੰਦੇ ਨੂੰ ਆਉਂਦਾ ਵੈਸੇ ਵੱਧ ਘੱਟ ਵੀ ਹੁੰਦੇ ਹੈ ਬੈਠ 12 ਚਲਤ 18 ਸੋਦ ਚਲਤ 25 ਮੈਥਨ ਕਰਤੇ ਚੌੜ ਚਲੇ ਕਿਉਂ ਨਾ ਭਜਨ ਜਗਦੀਸ਼ ਇੱਕ ਸਵਾਸ ਦੀ ਕੀਮਤ ਦੁਨੀਆਂ ਦਾ ਰਾਜ ਭਾਗ ਧੰਨ ਦੌਲਤ ਦੇ ਦੀਏ ਨਹੀਂ ਮਿਲਦਾ ਤੇ ਕਰੋੜਾਂ ਸਵਾਸ ਵਾਹਿਗੁਰੂ ਨੇ ਸੁਣ ਦਿੱਤੇ ਹੈ ਦੁਨਿਆਵੀ ਤੌਰ ਤੇ ਘਾਟਾ ਪੈ ਜਾਵੇ ਥੋੜਾ ਜਿਹਾ ਵੀ ਪਾਣੀ ਦਾ ਘੁੱਟ ਨਹੀਂ ਲੰਘਦਾ ਨੀਂਦ ਨਹੀਂ ਪੈਂਦੀ ਕੀ ਹੋਏਗਾ ਕੀ ਬਣੇਗਾ ਇੱਕ ਪਾਸੇ ਇੰਨਾ ਘਾਟਾ ਪਿਤਾ ਪਰਮੇਸ਼ਰ ਗੁਰੂ ਪਰਮੇਸ਼ਰ ਵਾਹਿਗੁਰੂ ਜੀ ਨੇ ਸਵਾਸਾਂ ਰੂਪੀ ਪੂੰਜੀ ਦਿੱਤੀ ਹੈ ਸੇਵਾ ਸਿਮਰ ਦਾ ਲਾਹਾ ਖੱਟਣਾ ਹੈ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆ ਕੇ ਬਸਨ ਸਹੇਲਾ ਸੇਵਾ ਤੇ ਸਿਮਰ ਦਾ ਲਾਹਾ ਖੱਟ ਕੇ ਜਾਣਾ ਪਰ ਇੰਨਾ ਘਾਟਾ ਮਾਰੇ ਕਹਿੰਦੇ ਬਾਕੀ ਘਾਟਿਆਂ ਦਾ ਤਾਂ ਬਹੁਤ ਖਿਆਲ ਕਰਦਾ ਇੱਕ ਪਾਸੇ ਤੈਨੂੰ ਆਹ ਘਾਟਾ ਪੈ ਰਿਹਾ ਤੇਰੇ ਸਵਾਸ ਖਾਲੀ ਜਾ ਰਹੇ ਨੇ ਤੇ ਇਹਦਾ ਕਿਉਂ ਨਹੀਂ ਖਿਆਲ ਆਉਂਦਾ ਉਹ ਘਾਟਾ ਪੈ ਗਿਆ ਵਪਾਰੀਆ ਤੈਨੂੰ ਲੱਖਾਂ ਤੇ ਵਿਚਾਰ ਕਰ ਹੁਣ ਸਮਾਂ ਹੈ ਸੰਭਾਲ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਵਿਹਾਤ ਹੈ ਫੂਟੈ ਘੱਟ ਜਿਉਂ ਪਾਣੀ ਇੱਕ ਘੜੇ ਵਿੱਚ ਪਾਣੀ ਪਿਆ ਹੋਵੇ ਬਰੀਕ ਉਸ ਵਿੱਚ ਗਲੀ ਹੋਵੇ ਇੱਕ ਇੱਕ ਬੂੰਦ ਡਿੱਗਦਿਆਂ ਡਿੱਗਦਿਆਂ ਸਮਾਂ ਆਉਂਦਾ ਘੜਾ ਖਾਲੀ ਹੋ ਜਾਂਦਾ ਇਸੇ ਤਰ੍ਹਾਂ ਸਰੀਰ ਰੂਪੀ ਬਰਤਨ ਹੈ ਇੱਕ ਇੱਕ ਸਵਾਸ ਨਿਕਲਦਿਆਂ ਨਿਕਲਦਿਆਂ ਆਖਰੀ ਸਵਾਸ ਆ ਜਾਣਾ ਮਾਰ ਕਹਿੰਦੇ ਛਿਨ ਛਿਨ ਫਿਰ ਆ ਬਚਨ ਇੱਥੇ ਆਉਂਦਾ
ਜ਼ਿੰਦਗੀ ਸਾਲਾਂ ਦੇ ਸਾਲ ਲੰਘ ਜਾਂਦੀ ਪਰ ਲੰਘਦੀ ਕਿਵੇਂ ਹੈ? ਛਿਨ ਛਿਨ ਔਧ ਬਿਹਾਤ ਹੈ, ਛਿਨ ਖਿਨ ਪਲ ਘੜੀਆਂ ਇਸ ਤਰ੍ਹਾਂ, ਫਿਰ ਪੈਰ ਦਿਨ ਹਫ਼ਤੇ ਮਹੀਨੇ ਫਿਰ ਸਾਲ ਬਣ ਜਾਂਦੇ ਹੈ। ਇੱਕ ਇੱਕ ਛਿਨ ਕਰਕੇ ਜ਼ਿੰਦਗੀ ਲੰਘ ਗਈ। ਛਿਨ ਛਿਨ ਔਧ ਬਿਹਾਤ ਹੈ, ਫੂਟਾ ਘੜ ਜਿਉ ਪਾਣੀ, ਹਰ ਕੁਨ ਕਾਹੇ ਨਾ ਗਾਵਹੀ ਮੂਰਖ ਅਗਿਆਨਾ। ਜਿਹਨੇ ਉਸ ਮਾਲ ਦੀ ਸਿਫਤਸਲਾਹ ਨਹੀਂ ਨਾ ਕੀਤੀ, ਦੁਨੀਆਂ ਵਿੱਚ ਭਾਵੇਂ ਕਿੰਨਾ ਸਿਆਣਾ ਹੋਵੇ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਮੂਰਖ ਆਖਿਆ ਗਿਆ, ਕਈ ਜਗ੍ਹਾ ਮੁਰਦਾ ਵੀ ਆਖਿਆ ਗਿਆ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮਿਰਤ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ। ਮਾਰ ਕਹਿੰਦੇ ਦੁਨੀਆਂ ਵਾਸਤੇ ਤੂੰ ਚਤਰ ਹੋਏਗਾ, ਸਿਆਣਾ ਹੋਏਗਾ, ਵੱਡਾ ਹੋਏਗਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੂੰ ਮਹਾਂਮੂਰਖ ਹੈ, ਦੂਜਿਆਂ ਨੂੰ ਮੂਰਖ ਨਾ ਸਮਝ। ਹੀਰ ਤੇ ਮਾਹਰੇ ਦਇਆ ਦੇ ਘਰ ਵਿੱਚ ਆਉਂਦੇ ਹੋਏ ਸਾਡੇ ਤੇ ਕਿਰਪਾ ਕਰਦੇ, ਕਹਿੰਦੇ ਅਜੂ ਕੁਛ ਵਿਗੜਿਓ ਨਹੀਂ ਜੋ ਪ੍ਰਭ ਗੁਰੂ ਗਾਵੇ, ਅਜੇ ਤੇਰੇ ਸਰੀਰ ਚ ਸਵਾਸ ਚੱਲ ਰਹੇ ਹੈ, ਅਜੇ ਤੇਰੇ ਕੋਲ ਸਮਾਂ। ਜਿਹੜਾ ਜੋ ਪਿੱਛੇ ਹੋ ਗਿਆ ਹੋ ਗਿਆ, ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਅੱਗੇ ਸਮਝ ਲਓ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਮੇਰੇ ਸਾਹਿਬ ਕਹਿੰਦੇ ਅਜੂ ਕੁਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ, ਕਹੋ ਨਾਨ ਤੇ ਭਜਨ ਤੇ ਨਿਰਭੈ ਪਤ ਪਾਵੇ, ਅਜੇ ਸਵਾਸ ਨੇ। ਤੇ ਜੇ ਇਹ ਵੀ ਸਵਾਸ ਪੂਰੇ ਹੋ ਗਏ, ਪੌੜੀ ਛੁੜਕੀ ਹੱਥ ਨਾ ਆਵੇ, ਫਿਰ ਇਹ ਸਮਾਂ ਹੱਥ ਨਹੀਂ ਆਉਣਾ, ਨਿਕਲਿਆ ਹੋਇਆ ਸਮਾਂ ਹੱਥ ਨਹੀਂ ਆਉਂਦਾ, ਫਿਰ ਤਾਂ ਪੱਲੇ ਪਛਤਾਵਾ ਰਹਿ ਜਾਂਦਾ। ਜਿਨ੍ਹਾਂ ਨੇ ਸਮੇਂ ਦੀ ਸੰਭਾਲ ਨਹੀਂ ਕੀਤੀ ਉਹ ਤਾਹਾਂ ਮਾਰ ਕੇ ਰੋਏ ਨੇ, ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਮਾਰ ਕੇ ਤੇ ਹੁਣ ਰੋਇਆ ਕਿ ਬਣਨਾ ਭਾਈ, ਤੈਨੂੰ ਇੰਨਾ ਸਮਝਾਉਂਦੇ ਰਹੇ ਤੂੰ ਸਮਝਿਆ ਨਹੀਂ, ਹੁਣ ਹੁਣ ਰੋਇਆ ਕਿ ਬਣਨਾ, ਹੁਣ ਤਾਂ ਆਹ ਹਾਲ ਹੈ। ਉਹ ਸਮਾਂ ਲੰਘ ਗਿਆ ਹੱਥ ਨਹੀਂ ਹੋਣਾ, ਹੁਣ ਕਿਉਂ ਰੋਵੇ ਮੂਰਖਾ, ਲੰਘ ਗਿਆ ਹੱਥ ਨਹੀਂ ਹੋਣਾ, ਹੁਣ ਕਿਉਂ ਰੋਵੇ ਦਾ ਐਸਾ ਜੀਵਨ ਹੈ ਨਾ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇੱਕ ਜਗ੍ਹਾ ਬਚਨ ਆਉਂਦਾ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚਲੈ ਥਾ, ਦੇਹੀ ਗਿਰਜ ਨਾ ਖਾਈ। ਇੱਕ ਤੇ ਹੈ ਵੀ ਦੇਹੀ ਗਿਰਜ ਨ ਖਾਈ, ਉਹਦੀ ਦੇਹ ਨੂੰ ਗਿਰਜਾ ਨੇ ਖਾਧਾ। ਦੂਸਰਾ ਵੀ ਦੇਹੀ ਗਿਰਜ ਨਾ ਖਾਈ, ਵੀ ਪਾਪੀ ਦੀ ਦੇਹ ਸੀ ਤੇ ਗਿਰਜਾ ਨੇ ਵੀ ਨਹੀਂ ਸੀ ਖਾਧਾ। ਅੱਗੇ ਅਸੀਂ ਗਿਰਜਾ ਬਣੀਆਂ ਹੋਈਆਂ, ਅੱਗੇ ਸਾਨੂੰ ਆਹ ਹਾਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਅੱਜ ਸਮੁੰਦਰ ਦੇ ਕੰਢੇ ਤੇ ਆਸਣ ਲਾਏ ਹੋਏ ਨੇ। ਭਾਈ ਮਰਦਾਨਾ ਜੀ ਰਬਾਬ ਜਾ ਰਹੇ ਨੇ ਤੇ ਸ਼ਬਦ ਉਚਾਰਨ ਹੋ ਰਿਹਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਸ਼ਬਦ ਸੰਪੂਰਨ ਹੋਇਆ, ਨੇਤਰ ਬੰਦ ਕਰਕੇ ਬੈਠੇ ਨੇ, ਭਾਈ ਮਰਦਾਨਾ ਜੀ ਨੇ ਰਬਾਬ ਰੱਖੀ, ਥੋੜੇ ਫਾਸਲੇ ਤੇ ਦੇਖਿਆ ਕਿ ਇੱਕ ਮੁਰਦਾ ਪਿਆ ਹੋਇਆ, ਦੂਸਰੇ ਪਾਸੇ ਤੋਂ ਝਾੜੀ ਦੇ ਵਿੱਚੋਂ ਬਘਿਆੜ ਨਿਕਲਿਆ। ਬਘਿਆੜ ਦਾ ਖਾਣਾ ਹੈ ਮਾਸ ਮੁਰਦਾਰ, ਉਹ ਇਸ ਮੁਰਦੇ ਦੇ ਕੋਲ ਆਇਆ। ਮੁਰਦੇ ਨੂੰ ਸੁਣ ਕੇ ਤੇ ਵਾਸ ਚਲਾ ਗਿਆ। ਥੋੜੀ ਦੇਰ ਬਾਅਦ ਫੇਰ ਆ ਗਿਆ, ਲੱਗਦਾ ਕਿ ਇਸ ਨੂੰ ਭੁੱਖ ਲੱਗੀ ਹੋਈ ਹੈ। ਭਾਈ ਮਰਦਾਨਾ ਜੀ ਦੇਖ ਰਹੇ ਨੇ ਕਿ ਉਹ ਬਘਿਆੜ ਅੰਗ ਅੰਗ ਸੁੰਘ ਰਿਹਾ ਇਸ ਸਰੀਰ ਦਾ, ਮੁਰਦੇ ਸਰੀਰ ਦਾ। ਕਦੀ ਹੱਥ ਸੁੰਘਦਾ, ਕਦੀ ਪੈਰ ਸੁੰਘਦਾ, ਕਦੀ ਸਿਰ ਸੁੰਘਦਾ। ਖਲੋ ਕੇ ਜਿਵੇਂ ਕੁਛ ਸੋਚ ਰਿਹਾ ਤੇ ਸਿਰ ਹਿਲਾ ਕੇ ਚਲਾ ਗਿਆ। ਜਿਸ ਵੇਲੇ ਗੁਰੂ ਬਾਬਾ ਜੀ ਨੇਤਰ ਖੋਲੇ, ਭਾਈ ਮਰਦਾਨਾ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਬੇਨਤੀ ਕੀਤੀ। ਦਾਸ ਕਈ ਵਾਰ ਵਿਚਾਰ ਕਰਦਾ, ਭਾਈ ਮਰਦਾਨਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਸਾਡੇ ਵਾਸਤੇ ਕਿੰਨੇ ਪਰਉਪਕਾਰ ਤੁਸੀਂ ਕੀਤੇ। ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਬਚਨ ਕਰਾਏ ਸਾਡੇ ਭਲੇ ਵਾਸਤੇ ਹੈ, ਸਾਨੂੰ ਸੋਝੀ ਆਉਂਦੀ ਹੈ। ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ, ਉਹ ਸਾਹਮਣੇ ਮੁਰਦਾ ਪਿਆ ਹੋਇਆ, ਇਧਰਲੇ ਪਾਸੇ ਝਾੜੀ ਦੇ ਵਿੱਚ ਬਘਿਆੜ ਹੈ ਤੇ ਪਹਿਲੀ ਵਾਰ ਆਇਆ ਤੇ ਸੁੰਘ ਕੇ ਵਾਪਸ ਚਲਾ ਗਿਆ। ਦੂਸਰੀ ਵਾਰ ਆਇਆ, ਲੱਗਦਾ ਕਿ ਇਸ ਨੂੰ ਭੁੱਖ ਬਹੁਤ ਲੱਗੀ ਹੋਈ ਹੈ, ਉਹਦਾ ਖਾਣਾ ਮਾਸ ਹੈ, ਮਰਦਾਰ ਹੈ। ਸੱਚੇ ਪਾਤਸ਼ਾਹ ਦੁਬਾਰਾ ਉਹਨੇ ਅੰਗ ਅੰਗ ਉਸਦਾ ਸੁਣਿਆ, ਖਲੋ ਕੇ ਜਿਵੇਂ ਸੋਚ ਕੇ ਕੁਛ ਸਿਰ ਹਿਲਾ ਕੇ ਫਿਰ ਚਲਾ ਗਿਆ, ਇਹਨੇ ਕਿਉਂ ਨਹੀਂ ਖਾਧਾ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ, ਆਹ ਜਿਹੜਾ ਸ਼ਬਦ ਉਚਾਰਨ ਹੋਇਆ ਨਾ, ਇਸ ਸ਼ਬਦ ਦੀ ਆਵਾਜ਼ ਬਘਿਆੜ ਦੇ ਕੰਨਾਂ ਨੇ ਵੀ ਸੁਣੀ ਹੈ। ਧਿਆਨ ਦੇਣਾ, ਬਘਿਆੜ ਨੇ ਵੀ ਸੁਣਿਆ ਸ਼ਬਦ। ਗੁਰਬਾਣੀ ਦਾ ਅਸਰ ਹਰ ਕੇਵਲ ਮਨੁੱਖ ਤੇ ਹੀ ਨਹੀਂ, ਹਰ ਜੀਵ ਜੰਤੂ ਤੇ, ਬਨਸਪਤੀ ਤੇ, ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਚਾਹੇ ਦਰਖਤ ਬਨਸਪਤੀ ਹਨ, ਚਾਹੇ ਜੀਵ ਜੰਤੂ ਹਨ, ਚਾਹੇ ਮਨੁੱਖ ਹਨ, ਬਾਣੀ ਦਾ ਅਸਰ ਹੁੰਦਾ ਪਿਆਰਿਓ। ਇਸ ਬਘਿਆੜ ਦੇ ਕੰਨਾਂ ਵਿੱਚ ਵੀ ਆਵਾਜ਼ ਪਈ ਹੈ ਤੇ ਇਹਨੂੰ ਸੋਝੀ ਆ ਗਈ, ਚੰਗੇ ਤੇ ਮਾੜੇ ਦੀ। ਭਾਈ ਮਰਦਾਨਾ, ਇਸ ਨੂੰ ਭੁੱਖ ਲੱਗੀ ਸੀ, ਖਾਣ ਵਾਸਤੇ ਆਇਆ, ਪਰ ਇਹ ਜਿਹੜਾ ਸਰੀਰ ਹੈ, ਇਹ ਦੇਹ, ਇਹ ਮੁਰਦਾ ਪਾਪੀ ਦਾ ਹੈ, ਇਹਨੇ ਜ਼ਿੰਦਗੀ 'ਚ ਕੋਈ ਚੰਗਾ ਕੰਮ ਨਹੀਂ ਕੀਤਾ। ਸੁੰਘ ਕੇ ਵਾਪਸ ਚਲਾ ਗਿਆ,
ਮੈਨੂੰ ਜੂਨ ਬਘਿਆੜ ਦੀ ਮਿਲੀ ਹੈ ਪਹਿਲਾਂ ਹੀ। ਇਸ ਪਾਪੀ ਸਰੀਰ ਦਾ ਮੁਰਦੇ ਦਾ ਮਾਸ ਮੈਂ ਨਹੀਂ ਖਾਣਾ। ਭੁੱਖ ਸਤਾ ਰਹੀ ਸੀ, ਫਿਰ ਦੁਬਾਰਾ ਆਇਆ ਕਿ ਸ਼ਾਇਦ ਇਹਦਾ ਕੋਈ ਅੰਗ ਹੀ ਪਵਿੱਤਰ ਹੋਵੇ। ਕਦੀ ਇਹ ਸਿਰ ਸਤਿਗੁਰ ਦੀ ਸ਼ਰਨ ਵਿੱਚ ਝੁਕਿਆ ਹੋਵੇ, ਹਰੀ ਜਸ ਕੀਤਾ ਹੋਵੇ, ਹੱਥਾਂ ਨਾਲ ਸੇਵਾ ਕੀਤੀ ਹੋਵੇ, ਪੈਰਾਂ ਨਾਲ ਚੱਲ ਕੇ ਗਿਆ ਹੋਵੇ, ਕਿਤੇ ਕੋਈ ਅੰਗ ਪਵਿੱਤਰ ਹੋਵੇ ਤੇ ਮੈਂ ਖਾ ਲਵਾਂ। ਇੱਕ ਇੱਕ ਅੰਗ ਸੁੰਘਿਆ ਪਰ ਕੋਈ ਵੀ ਅੰਗ ਪਵਿੱਤਰ ਨਹੀਂ। ਇਸ ਕਰਕੇ ਇਸਨੇ ਨਹੀਂ ਖਾਧਾ। ਇਹ ਦੇ ਪਾਪੀ ਦੀ ਹੈ। ਭਾਈ ਮਰਦਾਨਾ, ਐਸੇ ਜੀਵਨ ਨੂੰ ਤਰਕਾਰ ਹੈ, ਜਿਉਂਦੇ ਨੂੰ ਵੀ ਮੁਰਦੇ ਨੂੰ ਵੀ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਨੇ, ਤ੍ਰਿਗ ਸਿਰ ਜੋ ਗੁਰੂ ਨਾਨਕ ਗੁਰ ਲੱਗੈ ਨਾ ਚਰਨੀ। ਉਸ ਸਿਰ ਨੂੰ ਤਰਕਾਰ ਹੈ ਜਿਹੜਾ ਗੁਰੂ ਚਰਨਾਂ 'ਚ ਨਹੀਂ ਚੁੱਕਦਾ, ਕਿਉਂਕਿ ਅੰਦਰ ਹੰਕਾਰ ਹੈ ਦਿਮਾਗ ਦੇ ਅੰਦਰ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਂ। ਉਹਨੂੰ ਕੀ ਕਰਨਾ ਚਾਹੀਦਾ? ਤੇ ਬਾਬਾ ਜੀ ਕਹਿੰਦੇ, ਕੁੰਨੇ ਹੇਠ ਲਾਈਐ ਬਾਲਣ ਸੰਧੀ ਥਾਂ। ਕਹਿੰਦੇ ਬਾਲਣ ਦਾ ਕੰਮ ਲੈ ਲਓ, ਚੁੱਲ੍ਹੇ 'ਚ ਰੱਖ ਕੇ ਸਾੜ ਦਿਓ। ਉਹ ਸਿਰ ਤਰਕਾਰ ਹੈ। ਕਿਉਂ? ਕਿ ਝੁਕਿਆ ਨਹੀਂ ਹੈ, ਅੰਦਰ ਹੰਕਾਰ ਹੈ ਦਿਮਾਗ ਦੇ ਅੰਦਰ। ਕਦੇ ਸੇਵਾ ਦੀ ਟੋਕਰੀ ਸਿਰ ਤੇ ਨਹੀਂ ਰੱਖੀ, ਕਿਸੇ ਗਰੀਬ ਦੀ ਮਦਦ ਨਹੀਂ ਕੀਤੀ। ਉਹ ਸਿਰ ਕਿਹੜੇ ਕੰਮ ਆਏਗਾ? ਉਹਦਾ ਹਾਲ ਕੀ ਹੁੰਦਾ? ਭਗਤ ਕਬੀਰ ਜੀ ਤੁਰੇ ਜਾਂਦੇ ਆ, ਇੱਕ ਨੌਜਵਾਨ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਪੱਗ ਬੰਨ ਰਿਹਾ, ਕਦੀ ਢਾ ਲਈ ਕਦੀ ਬੰਨ ਲਈ। ਕਾਫੀ ਦੇਰ ਬਾਅਦ ਭਗਤ ਕਬੀਰ ਜੀ ਮੁੜ ਕੇ ਆਏ, ਅਜੇ ਵੀ ਪੱਗ ਬੰਨ ਰਿਹਾ, ਕੋਲ ਚਲੇ ਗਏ। ਨੌਜਵਾਨ ਪੱਗ ਬੰਨਣੀ ਚਾਹੀਦੀ ਹੈ, ਪਰ ਸਾਰਾ ਹੀ ਸਮਾਂ ਇਸ ਕੰਮ ਤੇ। ਕਦੀ ਤੈਨੂੰ ਸਤ ਸੰਗਤ ਵਿੱਚ ਨਹੀਂ ਦੇਖਿਆ, ਸੇਵਾ ਕਰਦਿਆਂ ਨਹੀਂ ਦੇਖਿਆ। ਆ ਮਨੁੱਖ ਜਨਮ ਮੋਲਕ ਹੈ, ਸੇਵਾ ਸਿਮਰਨ ਵਾਸਤੇ ਮਿਲਿਆ, ਲੇਖੇ ਲਾ ਲੈ। ਚਾਹੀਦਾ ਸੀ ਭਗਤ ਕਬੀਰ ਜੀ ਦੇ ਉਪਦੇਸ਼ ਨੂੰ, ਬਚਨਾਂ ਨੂੰ ਸੁਣਦਾ। ਪਰ ਜਿਸ ਦੇ ਅੰਦਰ ਹੰਕਾਰ ਹੋਵੇ ਨਾ, ਜਿਵੇਂ ਪੁੱਠੇ ਘੜੇ ਤੇ ਪਾਣੀ ਪਾਈਏ ਤੇ ਅੰਦਰ ਨਹੀਂ ਜਾਂਦਾ, ਨਹੀਂ ਸੁਣਦਾ। ਪੰਜ ਕਿਸਮ ਦੇ ਹੰਕਾਰ ਦਾ ਜ਼ਿਕਰ ਆਉਂਦਾ, ਰਾਜ ਮਾਲ ਰੂਪ ਜਾਤ ਜੋਬਨ ਪੰਜੇਠਾ। ਰਾਜ ਮਤ, ਰਾਜ ਦਾ ਹੰਕਾਰ, ਕਈ ਵਾਰ ਅਸੀਂ ਕਹਾਂਗੇ ਐਸ ਮਨੁੱਖ ਨੇ ਤੇ ਜ਼ਿੰਦਗੀ ਵਿੱਚ ਕਦੇ ਬੇਈਮਾਨੀ ਨਹੀਂ ਕੀਤੀ, ਕਦੀ ਮਾੜਾ ਕੰਮ ਨਹੀਂ ਕੀਤਾ, ਪਰ ਕਦੀ ਸੋਚਿਆ? ਇਹਨੂੰ ਤੇ ਸਮਾਂ ਹੀ ਨਹੀਂ ਮਿਲਿਆ। ਜਦੋਂ ਹੱਥ ਵਿੱਚ ਤਾਕਤ ਆਏਗੀ ਨਾ, ਫੇਰ ਪਤਾ ਲੱਗੇਗਾ ਕਿ ਮਾੜਾ ਕੰਮ ਕਰਦਾ ਕਿ ਨਹੀਂ ਕਰਦਾ, ਬੇਈਮਾਨੀ ਕਰਦਾ ਕਿ ਨਹੀਂ ਕਰਦਾ। ਇਹਨੂੰ ਤੇ ਸਮਾਂ ਹੀ ਨਹੀਂ ਮਿਲਿਆ। ਜਦ ਰਾਜਸੀ ਸ਼ਕਤੀ ਆਏਗੀ ਫੇਰ ਪਤਾ ਲੱਗੇਗਾ, ਜਦ ਧਨ ਆਏਗਾ ਫੇਰ ਪਤਾ ਲੱਗੇਗਾ ਕਿਹੜੇ ਪਾਸੇ ਲਾਉਂਦਾ, ਰੂਪ ਹੋਏਗਾ ਫੇਰ ਪਤਾ ਲੱਗੇਗਾ ਉੱਚੀ ਜਾਤ ਦਾ ਹੰਕਾਰ ਹੈ ਕਿ ਨਹੀਂ ਹੈ, ਜਵਾਨੀ ਦਾ ਹੰਕਾਰ ਹੈ ਕਿ ਨਹੀਂ ਹੈ, ਇਹ ਤੇ ਸਮਾਂ ਦੱਸੇਗਾ ਨਾ। ਜੇ ਇਹਨਾਂ ਵਿੱਚੋਂ ਇੱਕ ਵੀ ਹੋਵੇ ਤੇ ਤਾਂ ਵੀ ਵਿਰਲਾ ਬਚਦਾ। ਤੇ ਜਿੱਥੇ ਸਾਰੀਆਂ ਚੀਜ਼ਾਂ ਹੋਣ, ਰਾਜ ਮਾਲ ਰੂਪ ਜਾਤ ਜੋਬਨ ਪੰਜੇ, ਠੱਗ ਇਹ ਨਹੀਂ ਠੱਗੀ ਜਗ ਠੱਗਿਆ ਕਿਹਨਾਂ ਨੂੰ ਰੱਖੀ ਲਾਂ ਚ। ਇਸ ਨੌਜਵਾਨ ਕੋਲ ਜਵਾਨੀ ਹੈ, ਰੂਪ ਹੈ, ਧਨ ਹੈ,
ਭਗਤ ਕਬੀਰ ਜੀ ਨੂੰ ਕਹਿੰਦਾ ਭਗਤ ਜੀ ਇਹੋ ਜਿਹੀ ਸਿੱਖਿਆ ਆਪਣੇ ਚੇਲਿਆਂ ਨੂੰ ਦਿਓ, ਮੈਨੂੰ ਕੋਈ ਲੋੜ ਨਹੀਂ, ਮੈਨੂੰ ਕੋਈ ਲੋੜ ਨਹੀਂ। ਭਗਤ ਕਬੀਰ ਜੀ ਨੇ ਵਿਚਾਰ ਕੀਤੀ ਕਿ ਇੱਥੇ ਹੁਣ ਉਪਦੇਸ਼ ਦੀ ਲੋੜ ਨਹੀਂ, ਅਸੀਂ ਆਪਣਾ ਫਰਜ਼ ਪੂਰਾ ਕੀਤਾ, ਚਲੋ। ਭਗਤ ਕਬੀਰ ਜੀ ਆਹ ਬਚਨ ਉਚਾਰਨ ਕਰਕੇ ਉੱਥੇ ਚੱਲ ਪੈਂਦੇ। ਜਿੱਥੇ ਮਿਲੇ ਨਾ ਸਦਾਗ ਗਾਹਕ ਜੇ ਮਿਲੈ ਤਾਂ ਉਹ ਗੁਣ ਲਾਖ ਵਪਾਏ। ਜੇ ਕਦਰਦਾਨ ਨਹੀਂ ਗਾਹਕ ਹੀ ਨਹੀਂ, ਕਹਿੰਦੇ ਫਿਰ ਕੀ ਲਾਭ ਹੈ। ਚਲੇ ਗਏ ਭਗਤ ਕਬੀਰ ਜੀ। ਥੋੜਾ ਸਮਾਂ ਬੀਤਿਆ, ਸ਼ਮਸ਼ਾਨ ਘਾਟ ਕਬਰਸਤਾਨ ਦੇ ਕੋਲ ਲੰਘ ਰਹੇ ਨੇ। ਇੱਕ ਮਨੁੱਖ ਦੀ ਖੋਪਰੀ ਪਈ ਹੈ, ਬਰਸਾਤ ਦਾ ਪਾਣੀ ਪਿਆ, ਕਾਂ ਉੱਡਦਾ ਉੱਡਦਾ ਆ, ਵਿਸ਼ਟਾ ਨਾਲ ਗੰਦਗੀ ਨਾਲ ਚੁੰਝ ਭਰੀ ਹੈ, ਖੋਪਰੀ ਤੇ ਬੈਠ ਗਿਆ। ਉਸ ਬਰਸਾਤੀ ਪਾਣੀ ਜਿਹੜਾ ਖੋਪਰੀ ਵਿੱਚ ਪਿਆ ਸੀ ਉਹਦੇ ਚੁੰਝ ਡਬੋ ਡਬੋ ਕੇ ਤੇ ਵਿਸ਼ਟਾ ਗੰਦਗੀ ਖੋਪਰੀ ਨਾਲ ਸਾਫ ਕਰ ਰਿਹਾ। ਇਹ ਕੌਣ ਹੈ ਜਿਹਦਾ ਆਹ ਹਾਲ ਹੋ ਰਿਹਾ? ਅਨੁਭਵ ਨਾਲ ਦੇਖਿਆ ਉਸੇ ਨੌਜਵਾਨ ਦੀ ਖੋਪਰੀ ਹੈ। ਭਗਤ ਕਬੀਰ ਜੀ ਉਚਾਰਨ ਕਰਦੇ ਨੇ, ਜੇ ਸਿਰ ਰਚ ਰਚ ਬਾਂਧਤ ਭਾਗ, ਸੋ ਸਿਰ ਚੁੰਚ ਸਵਾਰੈ ਕਾਗ। ਇਸ ਤਨ ਧਨ ਕੋ ਕਿਆ ਕਰ ਬਈਆ, ਕਦੀ ਸੋਚਿਆ ਹੀ? ਉਹ ਜਿਹੜਾ ਕਾਲ ਹੈ ਨਾ, ਉਹ ਤੇ ਹਰ ਵੇਲੇ ਤਿਆਰੀਆਂ ਚ ਹੈ। ਤੂੰ ਭੁੱਲਿਆ ਹੋਇਆ ਅੱਜ ਤੇਰੀ ਕੀ ਹਾਲਤ ਹੋ ਰਹੀ ਹੈ? ਉਹੀ ਸਿਰ ਹੈ ਨਾ। ਇਸ ਤਨ ਧਨ ਕੋ ਕਿਆ ਕਰ ਬਈਆ, ਇਸ ਤਨ ਦਾ ਸਰੀਰ ਦਾ ਧਨ ਦਾ ਕਾਹਦਾ ਮਾਣ ਹੈ? ਰਾਮ ਨਾਮ ਕਾਹੇ ਨਾ ਦਰੜਈਆ, ਕਿਉਂ ਨੀ ਪਰਮੇਸ਼ਰ ਦੀ ਬੰਦਗੀ ਕੀਤੀ? ਕਹਾ ਪਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਇਹ ਸਰੀਰ ਵੀ ਭਾਂਡਾ ਹੈ, ਕੱਚਾ ਭਾਂਡਾ, ਉਹਦੀ ਕਿੰਨੀ ਕੁ ਮਰਿਆਦ, ਕਿੰਨੀ ਗਰੰਟੀ? ਇਸੇ ਤਰ੍ਹਾਂ ਸਰੀਰ ਹੈ ਜਾਂ ਰੇਤ ਦੀ ਕੰਧ ਹੈ, ਉਹਦੀ ਕੀ ਮਰਿਆਦ ਹੈ? ਧਨ ਦਾ ਕੀ ਭਰੋਸਾ, ਟਲਦਾ ਪਰਛਾਵਾਂ ਹੈ। ਧਨ ਜੋਬਨ ਅਰ ਫੁੱਲੜਾ, ਨਾਠੀਏ ਦਿਨਚਾਰ, ਪੱਬਣ ਕੇਰੇ ਪਾਤਿਓਂ ਢਾਡੋ ਜੁਮਣ ਹਾਰ। ਮੇਰੇ ਸਾਹਿਬ ਕਹਿੰਦੇ ਕਦੀ ਵੀ ਇਹਦਾ ਮਾਣ ਨਾ ਕਰੋ। ਧਨ ਜੋਬਨ ਫੁਲਾ ਦੀਆਂ ਵਾੜੀਆਂ
ਲਿਆ ਨਾ ਸਵਾਰ ਲਿਆ ਗੋਬਨ ਫੁਲਾ ਵਾਲੀਆਂ ਸਵਾਰ ਕਾਹਦਾ ਮਾਣ ਕਰਨਾ ਇਸ ਤਨ ਧਨ ਕੋ ਕਿਆ ਗਰਬਈਆ ਰਾਮ ਨਾਮ ਕਾਹੇ ਨਾ ਗਰੜਈਆ ਕਹਿ ਕਬੀਰ ਸੁਣੋ ਮਨ ਮੇਰੇ ਦੇਖੋ ਮਨ ਨੂੰ ਸੰਬੋਧਨ ਕਰਦੇ ਹੋਏ ਕਹਿ ਕਬੀਰ ਸੁਣੋ ਮਨ ਮੇਰੇ ਇਹਦਾ ਭਾਵ ਪਤਾ ਕੀ ਹੈ ਅਸੀਂ ਕਈ ਵਾਰ ਕਹਿੰਦੇ ਹਾਂ ਸੁਣਨੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕਥਨੀ ਪ੍ਰਧਾਨ ਨਹੀਂ ਕਰਨੀ ਪ੍ਰਧਾਨ ਹੈ ਕਰਨੀ ਫਿਰ ਕਥਨੀ ਜੇ ਬਚਨ ਆਉਂਦਾ ਨਾਮ ਜਪਣ ਦਾ ਤੇ ਉੱਥੇ ਬਚਨ ਆਉਂਦਾ ਆਪ ਜਪੋ ਅਵਰੈ ਨਾਮ ਜਪੋ ਪਹਿਲਾਂ ਆਪ ਜਪੋ ਜਾਂ ਨਾ ਧੂੜ ਮੰਗਿਆ ਤਿਸ ਗੁਰ ਸਿੱਖ ਹੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਇਸ ਕਰਕੇ ਭਗਤ ਕਬੀਰ ਜੀ ਫਰਮਾਨ ਕਰਦੇ ਕਹਿ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੋ ਤੇਰੇ ਵੀ ਜੇ ਨਾਮ ਨਾ ਜਪਿਆ ਜਿਹੜਾ ਹਾਲ ਇਹਦਾ ਹੋਇਆ ਇਹੀ ਹਾਲ ਤੇਰਾ ਭਾਵ ਫਿਰ ਸਾਡਾ ਵੀ ਇਹ ਹਾਲ ਹੋਏਗਾ ਪਰ ਸਾਡਾ ਮਨ ਮੰਨ ਜਾਵੇ ਤਾਂ ਹੈ ਨਾ ਮਨ ਨਹੀਂ ਮੰਨਦਾ ਬਹੁਤ ਕੁਛ ਸੁਣਦੇ ਧੰਨ ਉਹ ਜਿਹਨਾਂ ਦਾ ਮਨ ਮੰਨ ਗਿਆ ਪਿਆਰੇ ਹੋ ਕੀ ਹੋਏਗਾ ਜਦੋਂ ਮਨ ਮੰਨ ਜਾਵੇ ਜ਼ਿੰਦਗੀ ਬਦਲ ਜਾਂਦੀ ਮਨ ਤਾਂ ਮੰਨੇ ਮਨ ਮੰਨ ਗਿਆ ਸੱਜਣ ਠੱਗ ਦਾ ਇੱਕ ਸ਼ਬਦ ਸੁਣਿਆ ਜ਼ਿੰਦਗੀ ਬਦਲ ਗਈ ਠੱਗ ਨਹੀਂ ਭਾਈ ਸੱਜਣ ਮਨ ਮੰਨ ਗਿਆ ਕੌਡੇ ਰਾਖ ਦਾ ਦੇਵਤਾ ਬਣ ਗਿਆ ਮਨ ਮੰਨ ਗਿਆ ਭੂਮੀ ਚੋਰ ਦਾ ਭੂਮੀਆ ਜੀ ਦੀ ਜਿਹੜੀ ਜਗ੍ਹਾ ਹੈ ਨਾ ਭਾਵੇਂ ਪੰਜਾਬ ਦੇ ਭਵਾਨੀਗੜ੍ਹ ਦੇ ਲਾਗੇ ਨੇੜੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੋਂ ਦਾ ਦ੍ਰਿਸ਼ਟਾਂਤ ਦੱਸਦੇ ਕਲਕੱਤੇ ਤੋਂ ਲਹਿੰਦੇ ਵੱਲ ਨੂੰ 166 ਕਿਲੋਮੀਟਰ ਖੜਕਪੁਰ ਤੋਂ 50 ਕਿਲੋਮੀਟਰ ਪੈਂਦਾ ਉੱਥੇ ਸਥਾਨ ਦਾ ਨਾਂ ਹੈ ਗੁਰਦੁਆਰਾ ਸਾਹਿਬ ਚੰਦਰ ਕੋਨਾ ਸਨ 94 'ਚ ਦਾਸ ਉੱਥੇ ਗਿਆ ਸੀ ਉੱਥੇ ਸਮਾਗਮ ਸੀ
खड़कपुर की संत ने उस स्थान की सेवा कराई है। उस वे फिर दास इधर गुवाहाटी वाल भी होर जगह कई जगह भी गया, कलकत्ते भी, खड़कपुर भी, होर भी कई जगह। तो ये चंद्रकोना जिहड़ा स्थान है ना गुरुद्वारा साहब, उत्थे जिहड़े बंगाली वीर ने आले दुआले दे वो उत्थे आके नमस्कार करदे, जदों गुरुद्वारा साहब नहीं सी बनिया जगह सी उदों भी उत्थे आ, हुण गुरुद्वारा साहब बन गया, 94 च गुरुद्वारा साहब तैयार सी। उत्थे अरदास करदे आ, उत्थे बैठ के मूल मंत्र दा जाप करदे ने, एक ओंकार तों लैके नानक होशी पी सतंग, उहनां दा इन्ना भरोसा उस स्थान ते है भी इत्थों जो मंगे मिल जांदा है। इत्थे गुरु नानक साहब बैठे सी, वह भूमि दी सारी कथा राजे दी होर जगह बनिया हुई ने उत्थे। ते भूमिया केवल चोर नहीं सी, ये चोरां दा मुखी सी, जिवें सज्जन ठग पूरे ग्रोह दा मुखी सी, उहदा मन मन गया। बस सुन लिया, तुहाडी जिंदगी विच बहुत सारे सत्संगी ऐसे होंगे जिन्हां ने एक बार सुन के जिंदा मन मन गया, एक भी मन नहीं मनिया जिंदगी लंघती जाती है। गल तो मन मनन की है सत्संग। दास दे नाना जी बापू लाभ सिंह जी बचपन तो अमृतधारी सन, दास की उम्र छोटी सी जिस उन्होंने दस्या, कहिंदे मैं छोटा जिहा सी, पास्तान बन तो बहुत पहला दी गल्लां, ते कहिंदे आम पिंड दे विच की हुंदा सी, पिंडां दे विच दिवाली नूं जां होर किसे दिन नूं लोहड़ी नूं ओह पिंड तों बाहर कोई बकरा बुकरा मारदे, जिहड़े मास लैण वाले मास लै के खांदे, जिन्हां दा सुभाअ हुंदा है। अजे उदों तो इस तरह सी, हुण तां लगातार ही बस मूली गाजर वांगू चली जांदा कम। बस कहिंदे मैं छोटा जिहा सी, किसी पिंड वाले ने मैनू कुछ पैसे दित्ते ते एक बर्तन दिता भी जा उत्थे आ लै के आ जा, कहिंदे मैं छोटा जिहा सी ते मैनू किसी पिंड वाले ने फड़ाते भी जा काका लै आ, कहिंदे मैनू पता नहीं सी, मैं वह पैसे लैके बर्तन लैके ते चला गया। कहिंदे मेरे जांदिया नूं दरख्त दे नाल उहनूं बन्न के उहदे सिंगां रस्सा पाया है, पिछों लत्तां फड़ियां होईयां, उहदा गल वढ रहे ने, मैं देख के उच्ची उच्ची रोंदा वापस आ गया ते मैनूं कहिण लगे मैं जिंदगी भर मूँह नहीं लाया, जिंदगी भर ना पहला उस तों ना बाद। कहिंदे मैं देखिया ही सी सिर्फ दूर उहनूं आके, जिन्हें मैनूं बर्तन पैसे दिते उहनूं मैं रोंदे रहिंदे फड़ा दिते, मैं रोया कि किवें कर रहे ने। एक बारी देखिया, एक बारी देख के ही कहिंदे मैं जिंदगी भर मूँह नहीं लाया, देखिया नहीं। दस दिन नाना जी तुहाडे विच भी बहुत सारे ऐसे प्रेम प्यारे होणगे। गल है मन मनन दी है कि मन मन गया साडा। जपजी साहब के अंदर चार पौड़ियां सुनदियां आउंदियां ने, चार पौड़ियां फिर चार मनन दी आउंदियां ने, फिर आउंदा सुनिया मनिया मन कीता भाव, सुनिया मनिया मन कीता भाव। साडा मन तो मन जावे असी मन सुन लिया भी की साडा हाल साडा भी होएगा। असी सुनने आ कई जन्म पे कीट पतंगा, कई जन्म गा जमीन करंगा, कई जन्म पंखी सर्प होयो, कई जन्म है और बिरख जोयो, केते रुख बिरख हम चीने, केते पशु पाए, केते नाकुली में आए, केते पंख उड़ाए। सुनदे पढ़दे जिंदगी लंघ गई पर मन किसी वेले का मन। जे साडा मन मन जावे भी इन्हां जूनां विच हो के आए हाँ, आ दुख भोग के आए हाँ, एक श्वास भी खाली ना जा, एक श्वास भी खाली।
आम हालत साड़ी है जिवें किसे मनुख ने देखिया आ तोते ने ये विचारे शिकारियों के पिंजरे फस जाणगे मारे जाणगे इन्हां नूं समझा दिए सिखा दिए उन्हें तोतियां नूं कठियां करके पढ़ा दिता शिकारी आएगा चोगा खिलारे का जाल लगाएगा हमको फसाएगा हम नहीं फसेंगे हम नहीं फसेंगे चंगी तरह पढ़ा दिता कहिंदे भी लो भाई हुण नहीं फसदे छड़ दिते उड़दे ऐ नाले बोलदे ऐ शिकारी आएगा चोगा खिलारेगा जाल लगाएगा हमको फसाएगा हम नहीं फसेंगे नहीं फसेंगे इसे शिकारी देखे देखी तो सही उन्हें चोगा खिलार के जाल ला दिता नाले वो बोली जांदे ऐ नाले आके जाल च फस गए उन्हें कट्ठे करके पिंजरे च पा ले पिंजरिया च उत्थे भी अंदर बोली जांदे ऐ शिकारी आएगा चोगा खिलारेगा जाल लगाएगा हमको फसाएगा हम नहीं फसेंगे नहीं फसे हुए कहते हम नहीं फसेंगे पता नहीं भी गल की है पता ही नहीं अमल ही नहीं कि साड़ी हालत कितने ऐसी तो नहीं कि साड़ा मन मंदा है भगत कबीर जी कहते कह कबीर सुनो मन मेरे यही हवाल होएंगो तेरे ते हुण साडा भी हाल यही होएगा जे नाम ना जपांगे ते ओ जे तू नाम ना जपेगा मना मेरिया एहो हाल तेरे होणगे जे तू नाम ना जपेगा मना मेरिया एहो हाल तेरे सिर जो गुरु नानक वै गुर लगे न त्रकार उस सिर त्रिग लोइन गुर दर्श बिन वेखै पर तरनी त्रकार ओ अखां हन जेड़ियां अखां गुरु दे दर्शन नहीं करदी उहनां ते नेत्रहीन चंगा है माड़ा देखण तो ते बच जांदा है त्रिग लोइन गुर दर्श बिन वेखै पर तरनी त्रिग सरवण उपदेश बिन सुन सुत न तरनी त्रकार सरवण त्रकार एक कान केड़े जेड़े गुरु शब्द परमेश्वर दी सिफ सलाह नहीं सुनदे उहदे नालों बोला चंगा है त्रिग जेबा गुर शब्द बिन होर मंत्र सिमले वो जेबा भी त्रकार है आ कई गुंगे बोले होंदे ने ना आम करके गुंगा वो होंदा जेड़ा बोला होंदा आम करके क्योंकि जदों बोला होंदा सुनदा नहीं ते फिर उन्हें बोलना नहीं आउंदा आम करके
ਗੁੰਗਾ ਉਹੀ ਹੁੰਦਾ ਹੈ ਜਿਹੜਾ ਬੋਲਾ ਹੁੰਦਾ, ਕੋਈ ਵਿਰਲਾ ਹੀ ਹੋਏਗਾ ਜਿਹੜਾ ਬੋਲਾ ਨਾ ਹੋਵੇ ਤੇ ਸਿਰਫ ਗੁੰਗਾ ਹੋਵੇ। ਉਹ ਗੁੰਗੇ ਬੋਲੇ ਚੰਗੇ ਨੇ, ਮਾੜਾ ਸੁਣਨ ਤੋਂ ਵੀ ਬਚ ਗਏ ਤੇ ਮਾੜਾ ਬੋਲਣ ਤੋਂ ਵੀ ਬਚ ਗਏ, ਮਾੜਾ ਬੋਲਣ ਤੋਂ ਵੀ ਬਚ ਗਏ। ਭਾਈ ਸਾਹਿਬ ਕਹਿੰਦੇ ਉਹਨਾਂ ਕੰਨਾਂ ਨੂੰ ਤਰਕਾਰ, ਉਸ ਜੇਬਾਂ ਨੂੰ ਤਰਕਾਰ। ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਹੁੰਦਾ ਹੈ, ਰੇ ਜੇਬਾ ਕਰੋ ਸੱਤ ਖੰਡ। ਸੱਤ ਕਹਿੰਦੇ ਸੌ ਨੂੰ, ਕਹਿੰਦੇ ਤੇਰਾ ਸੌ ਟੁਕੜਾ ਕਰ ਦੇਣਾ ਚਾਹੀਦਾ, ਸੌ ਟੁਕੜਾ। ਆਮ ਕਿਹਾ ਜਾਂਦਾ ਕਹਿੰਦੇ ਜ਼ੁਬਾਨ ਤਾਂ ਗੱਲ ਕਰਕੇ ਅੰਦਰ ਵੜ ਜਾਂਦੀ ਪਰ ਬੰਦੇ ਨੂੰ ਬਾਹਰ ਕਢਾ ਦਿੰਦੀ ਹੈ। ਜ਼ੁਬਾਨ ਹੈ ਨਾ ਫਿੱਕਾ ਬੋਲਣਾ। ਦਰੋਪਦੀ ਨੇ ਇੱਕ ਗੱਲ ਕਹਿ ਦਿੱਤੀ ਸੀ, ਅੰਨੇ ਦੀ ਔਲਾਦ ਅੰਨੀ ਰਹੀ, ਇੱਥੋਂ ਕੰਮ ਸ਼ੁਰੂ ਹੋ ਗਿਆ। ਬਾਲਣ ਪਿਆ ਹੋਵੇ ਇੱਕ ਅੱਗ ਦਾ ਚੰਗਿਆੜਾ ਰੱਖ ਦਿਓ, ਫਿਰ ਪਾਂਬੜ ਆਪੇ ਮੱਚ ਜਾਂਦੇ ਆ, ਧਿਆਨ ਰੱਖਣਾ ਪੈਣਾ। ਗੱਲ ਛੋਟੀ ਨਹੀਂ ਹੁੰਦੀ, ਛੋਟੀ ਤੋਂ ਵੀ ਵੱਡੀ ਹੁੰਦੀ ਹੈ। ਆਕਾਸ਼ ਵਿੱਚ ਜਹਾਜ਼ ਉੱਡਦੇ ਆ, ਕੀ ਇੱਕ ਪੰਛੀ ਛੋਟਾ ਜਿਹਾ ਹੁੰਦਾ ਜੇ ਕਿਤੇ ਉਹ ਲੱਗ ਜਾਵੇ ਜਹਾਜ਼ ਨੂੰ ਸਾਰੇ ਨੂੰ ਸੁੱਟ ਦਿੰਦਾ, ਖਤਮ ਹੋ ਜਾਂਦਾ। ਵੱਡੇ ਵੱਡੇ ਇੰਜਣ ਬਰੀਕ ਰੇਤਾ ਵੀ ਚਲਾ ਜਾਵੇ ਖਤਮ ਕਰ ਦਿੰਦੇ। ਬੰਦਾ ਸਾਰੀ ਜ਼ਿੰਦਗੀ ਦੁੱਧ ਘਿਓ ਸਬਜ਼ੀਆਂ ਸਾਫ਼ ਸੁਥਰੀਆਂ ਖਾਂਦਾ, ਜੇ ਸੋਚੇ ਵੀ ਇੰਨਾ ਮੈਂ ਘਿਓ ਮੱਖਣ ਖਾਧਾ ਸਬਜ਼ੀਆਂ ਖਾਧੀਆਂ, ਮਾੜਾ ਜਿਹਾ ਜ਼ਹਿਰ ਖਾ ਲਾਂਗਾ ਕੀ ਫਰਕ ਪੈਣਾ, ਕੀ ਹੋਏਗਾ ਫਿਰ, ਜ਼ਿੰਦਗੀ ਖਤਮ ਨਹੀਂ ਹੋਏਗੀ। ਜ਼ਹਿਰ ਕਿੰਨਾ ਕੁ ਹੁੰਦਾ, ਇੱਕ ਕੈਪਸੂਲ ਹੈ ਤਾਂ ਥੋੜ੍ਹਾ ਜਿਹਾ ਜੀਵਨ ਲੀਲਾ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਛੋਟੀ ਜਿਹੀ ਗੱਲ ਤੋਂ ਵਧਾਣ ਵੱਧਦੇ ਹੈ ਤੁਹਾਡੀ ਜ਼ਿੰਦਗੀ ਵਿੱਚ, ਮੇਰੀ ਜ਼ਿੰਦਗੀ 'ਚ ਦੇਖਣ ਨੂੰ ਬਹੁਤ ਦੇਖਿਆ, ਕੁਛ ਇੱਕ ਗੱਲ ਤੋਂ ਕਤਲ ਹੋ ਜਾਂਦੇ ਹੈ ਛੋਟੀ ਗੱਲ ਤੋਂ। ਯੂਪੀ ਦੇ ਅੰਦਰ ਇੱਕ ਨੇ ਸੁਨੇਹਾ ਦੂਸਰੇ ਦੇ ਘਰ ਛੋਟਾ ਜਿਹਾ ਘਰ ਦਿੱਤਾ ਸੀ ਅਤੇ ਉਹਦੇ ਤੋਂ ਫਿਰ ਦੋ ਪਾਸੇ ਪੰਜ ਕਤਲ ਹੋ ਗਏ ਸਨ। ਗੱਲ ਛੋਟੀ ਨਹੀਂ ਕਰ ਦਿੱਤੀ, ਛੋਟੀ ਤੋਂ ਵੱਡੀ ਹੈ। ਕੋਲਾਂ ਤਾਂ ਇਹ ਜੇਬਾਂ ਮਿਲੀ ਸਿਵ ਸਲਾਹ ਵਾਸਤੇ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਈਏ, ਨਹੀਂ ਤਾਂ ਫਿਰ ਮਹਾਰਾਜ ਆ ਕਹਿੰਦੇ ਆ ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ ਕੱਟੀਏ, ਨਾਮ ਨਾ ਜਪੇਂਗੀ ਜੇਬਾ ਮੇਰੀਏ ਸ਼ਬਦ ਮੈਨੂੰ ਹੋਰ ਮੰਤਰ ਸਿਮਰੇ। ਗੁਰੂ ਦਾ ਮੰਤਰ ਛੱਡ ਕੇ ਹੋਰ ਮੰਤਰ ਵਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਹ ਫਿਲ ਕਰਨੀ, ਕਹਿੰਦੇ ਉਹਨਾਂ ਹੱਥਾਂ ਪੈਰਾਂ ਨੂੰ ਤ੍ਰਿਕਾਰ ਹੈ,
ਜਿਹੜੇ ਪੈਰ ਚੱਲ ਕੇ ਗੁਰੂ ਦੀ ਸ਼ਰਨ ਚ ਨਹੀਂ ਆਉਂਦੇ, ਜਿਹੜੇ ਹੱਥ ਕਿਰਤ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਉਹਦੇ ਨਾਲ ਤਾਂ ਲੰਗੜੇ ਲੂਲੇ ਚੰਗੇ ਹੈ। ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ, ਪੀਰ ਮਰੀਤਾਂ ਪਿਰਹਣੀ ਸੁਖ ਸਤਿਗੁਰ ਸ਼ਰਨੀ। ਮਨਮਤ ਤੇ ਚੱਲਣ ਨਾਲ ਸੁਖ ਨਹੀਂ ਮਿਲਣਾ, ਸੁਖ ਮਿਲਣਾ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦਾ ਹੁਕਮ ਮੰਨਣਾ, ਸਿਰ ਗੁਰੂ ਚਰਨਾਂ ਵਿੱਚ ਚੁੱਕੇ, ਸਿਰ ਤੇ ਸੇਵਾ ਦੀ ਟੋਕਰੀ ਚੁੱਕੇ, ਗਰੀਬਾਂ ਦਾ ਭਾਰ ਚੁੱਕੇ, ਅੰਦਰ ਜਿਹੜਾ ਦਿਮਾਗ ਵਿੱਚ ਹੰਕਾਰ ਹੈ ਉਹਨੂੰ ਦੂਰ ਕਰੇ ਚੁੱਕਣ ਦਾ ਭਾਵ। ਜਦੋਂ ਅਸੀਂ ਨਮਸਕਾਰ ਕਰ ਲਿਆ, ਆਪਣੀ ਮਨਮਤ ਰੱਖ ਦੇਣੀ ਹੈ, ਸਿਰ ਚੱਕ ਲੈਂਦੇ, ਨਾਲ ਅਸੀਂ ਮਤ ਵੀ ਆਪਣੀ ਚੱਕ ਲੈਂਦੇ। ਸੰਤ ਬਾਬਾ ਦਰਸ਼ਨ ਸਿੰਘ ਜੀ ਕਨੂੰਕ ਕਾਲਿਆਂ ਵਾਲੇ, ਉਹਨਾਂ ਨੂੰ ਕਿਸੇ ਨੇ ਕਿਹਾ, ਮਹਾਂਪੁਰਸ਼ੋ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ। ਕਹਿੰਦੇ ਸਾਨੂੰ ਬਹੁਤ ਸਾਲ ਹੋਏ, ਅਸੀਂ ਮੱਥਾ ਟੇਕ ਦਿੱਤਾ, ਅਸੀਂ ਮੱਥਾ ਟੇਕਿਆ ਅਤੇ ਮੱਥਾ ਚੱਕਿਆ ਹੀ ਨਹੀਂ। ਦੇਖੋ ਸਮਝਾਉਣ ਦਾ ਢੰਗ, ਇਹਦਾ ਮਤਲਬ ਇਹ ਨਹੀਂ ਵੀ ਦੁਬਾਰਾ ਨਹੀਂ ਜਾਣਾ। ਕਹਿੰਦੇ ਬਹੁਤ ਸਾਲ ਹੋ ਗਏ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕ ਆਏ ਹਾਂ ਅਤੇ ਮੱਥਾ ਚੱਕਿਆ ਹੀ ਨਹੀਂ। ਕਹਿੰਦੇ ਟੇਕ ਹੀ ਦਿੱਤਾ ਬਸ। ਇਹਦਾ ਭਾਵ ਕਿਸੇ ਮਹਾਂਪੁਰਸ਼ਾਂ ਦੇ ਕਹਿਣ ਦਾ ਕਿ ਬਾਰ ਬਾਰ ਮੱਥਾ ਟੇਕ ਕੇ ਚੱਕੀ ਵੀ ਜਾਂਦੇ ਹੋ, ਨਾਲ ਭਾਵ ਮਨ ਨੂੰ ਵੀ ਗੁਰੂ ਅੱਗੇ ਰੱਖ ਦਿਓ, ਬਸ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵ ਕੇ ਕਾਰ ਦੇ ਨਾਲ ਮੱਥਾ ਟੇਕੋ ਹਰਿਮੰਦਰ ਸਾਹਿਬ ਅਤੇ ਆਪਣੀ ਮਨ ਮਤ ਵੀ ਟੇਕ ਦਿਓ, ਉੱਥੋਂ ਗੁਰੂ ਦੀ ਮਤ ਲੈ ਲਓ, ਬਸ ਬਾਰ ਬਾਰ ਅਰਦਾਸ ਕਰੋ, ਬਾਰ ਬਾਰ ਅਰਦਾਸ ਕਰੋ। ਇਹਨਾਂ ਨੇਤਰਾਂ ਨਾਲ ਗੁਰੂ ਸੂਬ ਦੇ ਦਰਸ਼ਨ ਕਰੋ, ਇਹਨਾਂ ਨੇਤਰਾਂ ਨਾਲ ਇਹੋ ਵੇ ਸੰਸਾਰ ਤੋਂ ਦੇਖਦੇ ਇਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਨੇਤਰ ਤੇ ਇਹੀ ਨੇ ਨਾ, ਇਹਨਾਂ ਨੇਤਰਾਂ ਨਾਲ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਫਿਰ ਮਨ ਵਿੱਚ ਕੀ ਖਿਆਲ ਕੀ ਫੁਰਨਾ ਆਉਂਦਾ ਹੈ ਇਹ ਖਿਆਲ ਕਰੋ, ਕਿੱਥੇ ਕੁ ਜਿਹਾ ਅਸੀਂ। ਇਹਨਾਂ ਕੰਨਾਂ ਦੇ ਨਾਲ ਸਿਰਫ ਸਲਾਹ ਸੁਣੋ, ਇਸ ਜੇਬਾ ਦੇ ਨਾਲ ਬੋਲੋ ਜਸ ਜੇਬਾ ਨੇ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ। ਆ ਜ਼ਬਾਨ ਹਰ ਚੀਜ਼ ਨੂੰ ਜੂਠਿਆਂ ਕਰਦੀ ਹੈ ਨਾ, ਜਦੋਂ ਇਹਦੇ ਨਾਲ ਨਾਮ ਜਪਾਂਗੇ, ਨਾਮ ਕਹਿਤ ਗੋਬਿੰਦ ਕਾ ਸੂਚੀ ਪੇ ਰਸਨਾ, ਇਸ ਰਸਨਾ ਜ਼ਬਾਨ ਦੀ ਜੂਠ ਉੱਤਰ ਜਾਏਗੀ ਪਿਆਰਿਓ, ਇਹ ਪਵਿੱਤਰ ਹੋ ਜਾਏਗੀ। ਇਹਨਾਂ ਹੱਥਾਂ ਪੈਰਾਂ ਦੇ ਨਾਲ ਗੁਰੂ ਦਰਬਾਰ ਵਿੱਚ ਚੱਲ ਕੇ ਆਓ, ਨੇਕ ਰਾਹ ਤੇ ਚੱਲੋ, ਹੱਥਾਂ ਨਾਲ ਸੱਚੀ ਕਿਰਤ ਕਰੋ, ਸੇਵਾ ਕਰੋ, ਸਮਝੋ ਗੁਰੂ ਦੀ ਸ਼ਰਨ ਵਿੱਚ ਆ ਗਏ। ਜਦੋਂ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਵਾਂਗੇ, ਪੀਰ ਮਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਨੀ। ਇੱਕ ਤੇ ਸਰੀਰ ਕਰਕੇ ਹੈ ਨਾ, ਇੱਕ ਇਹ ਹੈ ਵੀ ਜਿੱਥੇ ਵੀ ਬੈਠੇ ਹੋਵਾਂਗੇ ਅਸੀਂ ਗੁਰੂ ਦੀ ਸ਼ਰਨ ਵਿੱਚ ਹੋਵਾਂਗੇ, ਸਾਡਾ ਜਦੋਂ ਮਨ ਚਿੱਤ ਅੰਦਰੋਂ ਜੁੜਿਆ ਹੋਵੇ, ਸਾਡੀ ਸੁੱਤ ਜੁੜੀ ਹੈ ਜੇ ਅੰਦਰੋਂ ਹੋਰ, ਤੇ ਫਿਰ ਬੈਠੇ ਹੋਈਏ ਅਸੀਂ ਗੈਰ ਹਾਜ਼ਰ ਹੋ ਜਾਂਦੇ ਹਾਂ। ਗੁਰੂ ਕਾ ਸਿੱਖ ਹਰ ਵੇਲੇ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ, ਚਾਹੇ ਖੇਤਾਂ ਵਿੱਚ ਕੰਮ ਕਰ ਰਿਹਾ, ਦੁਕਾਨ ਤੇ ਬੈਠਾ ਹੈ, ਸਰਵਿਸ ਕਰ ਰਿਹਾ ਹੈ, ਪਿਆਰੇ ਉਹ ਹਰ ਵੇਲੇ ਗੁਰੂ ਦੀ ਸ਼ਰਨ ਵਿੱਚ ਜੁੜਿਆ ਹੋਇਆ, ਉਹਦਾ ਜੀਵਨ ਹੀ ਪ੍ਰਚਾਰ ਬਣ ਜਾਂਦਾ, ਸਤਸੰਗ ਜੀਵਨ ਪ੍ਰਚਾਰ ਬਣ ਜਾਏਗਾ। ਇਹ ਨਹੀਂ ਕਿ ਅਸੀਂ ਜੇ ਗੁਰਦੁਆਰਾ ਸਾਹਿਬ ਬੈਠੇ ਹਾਂ ਤੇ ਹੁਣ ਗੁਰੂ ਦੀ ਸ਼ਰਨ ਵਿੱਚ ਹਾਂ, ਇੱਥੋਂ ਤੇ ਅਰਦਾਸ ਕਰਨੀ ਹੈ ਗੁਰੂ ਸੱਚੇ ਪਾਤਸ਼ਾਹ ਅੱਗੇ, ਗੁਰੂ ਸੱਚੇ ਪਾਤਸ਼ਾਹ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣਨਾ, ਹਰ ਥਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਅੰਗ ਸੰਗ ਨੇ ਸਾਡੇ ਹਰ ਥਾਂ ਨੇ ਸਤਸੰਗ, ਉਹ ਹਰ ਥਾਂ ਦੇਖਦੇ ਹੈ। ਜਦੋਂ ਐਸੀ ਭਾਵਨਾ ਹੋਏਗੀ ਨਾ, ਇਹਦਾ ਫਿਰ ਇੱਕ ਜੀਵਨ ਹੀ ਪ੍ਰਚਾਰ ਬਣ ਜਾਏਗਾ। ਡਿਊਟੀ ਕਰ ਰਿਹਾ ਸਹੀ ਡਿਊਟੀ ਕਰੇਗਾ, ਦੁਕਾਨਦਾਰ ਹੈ ਜਾਇਜ਼ ਮੁਨਾਫਾ ਲਏਗਾ, ਸਹੀ ਸੌਦਾ ਦੇਗਾ, ਫਾਰਮਰ ਹੈ ਖੇਤੀ ਕਰ ਰਿਹਾ ਮਜ਼ਦੂਰ ਦੇ ਨਾਲ ਧੱਕਾ ਨਹੀਂ ਕਰੇਗਾ। ਸਤਸੰਗ ਦਾਸ ਕਈ ਵਾਰ ਬੇਨਤੀ ਕਰਦਾ, ਅਸੀਂ ਆ ਕੋਈ ਮੰਗਤਾ ਆ ਜਾਵੇ, ਦਸ ਵੀਹ ਰੁਪਏ ਪੰਜਾਹ ਰੁਪਏ ਉਹੀ ਫੜਾ ਦਿੰਦੇ, ਦਸ ਵੀਹ ਕਿਲੋ ਦਾਣੇ ਉਹੀ ਦੇ ਦਿੰਦੇ ਹਾਂ,
ਇਹ ਨਹੀਂ ਦੇਖਦੇ ਵੀ ਇਹ ਕੀ ਕਰਨਗੇ, ਇਹ ਰਾਤ ਨੂੰ ਸ਼ਰਾਬਾਂ ਲੈ ਲੈ ਪੀਣੀਆਂ, ਇਹਨਾਂ ਨੇ ਕੀ ਖਾਣਾ ਇਹਦੇ ਨਾਲ, ਕਿਉਂਕਿ ਮਜ਼ਦੂਰ ਤੇ 250-300 ਰੁਪਇਆ ਮਿਹਨਤ ਕਰਕੇ ਕਮਾਉਂਦਾ, ਉਹ ਸਹਿ ਸੁਭਾਈ 1000-1500 ਕਮਾ ਲੈਂਦੇ ਆ। ਬਹੁਤ ਦੇਰ ਦੀ ਗੱਲ ਹੈ, ਐ ਕਹਿ ਦਈਏ ਕਿ ਅੱਜ ਤੋਂ ਕੋਈ 50-60 ਸਾਲ ਪਹਿਲਾਂ ਦੀ, ਅੰਮ੍ਰਿਤਸਰ ਦੇ ਇਲਾਕੇ ਦਾ ਇੱਕ ਮੰਗਤਾ ਕਿਸੇ ਘਰ ਗਿਆ। ਉਹ ਘਰ ਵਾਲੇ ਨੇ ਦੇਖਿਆ, ਕਹਿਣ ਲੱਗਾ ਤੂੰ ਹੱਟਾ ਕੱਟਾ ਤੇ ਮੇਰੇ ਨਾਲ ਨੌਕਰੀ ਕਰ ਲੈ। ਮੰਗਤਾ ਹੱਸ ਕੇ ਕਹਿੰਦਾ ਕੀ ਦੇਗਾ? ਉਹਨੇ ਕਿਹਾ ਜਾ ਮੈਂ ਤੈਨੂੰ 150 ਰੁਪਇਆ ਮਹੀਨੇ ਦਾ ਦੇ ਦਿਆਂਗਾ, ਜਿਵੇਂ ਅੱਜ ਕੋਈ ਕਹਿ ਦੇ ਮੈਂ ਤੈਨੂੰ 15,000-20,000 ਦੇ ਦਿਆਂਗਾ। ਕਹਿੰਦੇ ਮੰਗਤਾ ਹੱਸਿਆ, ਕਹਿਣ ਲੱਗਾ ਬਸ 150 ਰੁਪਇਆ? ਕਹਿਣ ਲੱਗਾ 150 ਰੁਪਇਆ ਤੇ ਮੇਰਾ ਖਜ਼ਾਨਚੀ ਲੈਂਦਾ ਜਿਹੜਾ ਮੇਰਾ ਪੈਸੇ ਦਾ ਹਿਸਾਬ ਕਰਦਾ। ਕਹਿੰਦਾ ਜਿਵੇਂ ਕੋਈ ਕਹਿ ਦੇ ਕਿ 15-20,000 ਰੁਪਏ ਤੂੰ ਹੀ ਲੈਂਦਾ, ਦੱਸੋ ਉਹ ਕਰ ਲੇਗਾ ਮਜ਼ਦੂਰੀ? ਅਸੀਂ ਮਜ਼ਦੂਰ ਦਾ ਤੇ ਪੈਸਾ ਮਾਰਨੇ ਆ, ਸੋਚਾਂਗੇ ਇਹਨੂੰ 250 ਰੁਪਏ ਜਾਂ 300 ਰੁਪਏ ਦੀ ਬਜਾਏ 20-25 ਰੁਪਏ ਘੱਟ ਦੇ ਦਈਏ। ਨਹੀਂ, ਜਿਹੜਾ ਮਿਹਨਤ ਕਰਦਾ ਨਾ ਉਹਨੂੰ 10-20 ਰੁਪਏ ਵੱਧ ਦਿਓ। ਮਿਹਨਤ ਕਰ ਰਿਹਾ ਗਰਮੀ ਚ ਸਰਦੀ ਚ, ਤੁਹਾਡੇ 20-50 ਰੁਪਏ ਵੱਧ ਦੇਣ ਨਾਲ ਉਹਦਾ ਕੋਈ 2 ਕਿਲੋ ਆਟਾ ਵੱਧ ਆ ਜਾਏਗਾ, ਉਹ ਬੱਚਿਆਂ ਨੂੰ ਜਾ ਕੇ ਖਵਾਉਂਦਾ। ਦਾਸ ਕਈ ਵਾਰ ਦੇਖਦਾ, ਕਈ ਬਜ਼ੁਰਗ ਰਿਕਸ਼ਾ ਚਲਾ ਰਹੇ ਆ, ਸਾਫ ਸੂਰਤ ਨੇ, ਭਾਈ ਸਤਿਕਾਰ ਕਰੋ। ਜਿੱਥੇ ਅੰਮ੍ਰਿਤਧਾਰੀਆਂ ਦਾ ਵੀ ਸਤਿਕਾਰ ਕਰਨਾ ਹੀ ਕਰਨਾ, ਚਾਹੇ ਰਿਕਸ਼ਾ ਚਲਾਉਂਦਾ, ਉਹਦਾ ਨਫ਼ਰਤ ਨਾ ਕਰੋ। ਕਈ ਅਸੀਂ ਸੋਚਾਂਗੇ ਨੇ ਰੇਹੜੀ ਲਾਈ ਅੰਮ੍ਰਿਤਧਾਰੀ ਹੋ ਕੇ, ਨਹੀਂ, ਸਿਰ ਨਵਾਓ ਉਹਦੀ ਕਿਰਤ ਨੂੰ। ਉਹ ਚੋਰੀ ਕਰਕੇ ਠੱਗੀਆਂ ਕਰਕੇ ਬੱਚਿਆਂ ਨੂੰ ਨਹੀਂ ਪਾਲਦਾ, ਉਹ ਆਪਣੇ ਪਰਿਵਾਰ ਨੂੰ ਰੇਹੜੀ ਤੋਂ ਗੁਜ਼ਾਰਾ ਕਰਕੇ ਪਾਲਦਾ, ਉਹ ਰਿਕਸ਼ਾ ਚਲਾ ਕੇ ਪਾਲਦਾ, ਸੱਦੀ ਗਰੂ ਜੀ ਕੰਮ ਕਰਦਾ। ਦੂਸਰਾ ਵੀ ਕੋਈ ਮਜ਼ਦੂਰ ਹੈ, ਉਹਦਾ ਵੀ ਸਤਿਕਾਰ ਕਰੋ ਭਾਈ। ਇਸਲਾਮ ਵਿੱਚ ਆਉਂਦਾ ਮਜ਼ਦੂਰ ਦੀ ਮਜ਼ਦੂਰੀ, ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦਿਓ, ਉਹਦਾ ਹੱਕ ਨਾ ਰੱਖੋ। ਪਰਾਇਆ ਹੱਕ, ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਪਰਾਏ ਹੱਕ ਨਹੀਂ ਖਾਣੇ। ਕਰਨਾ ਕੀ ਹੈ? ਦੂਜੇ ਦਾ ਸਤਿਕਾਰ ਕਰਨਾ, ਪਿਆਰ ਕਰਨਾ। ਜਦੋਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਾਂਗੇ ਨਾ, ਮੇਰੇ ਸਤਿਗੁਰੂ ਮੇਰੇ ਅੰਗ ਸੰਗ ਹਨ। ਆਮ ਕਈ ਵਾਰ ਕਿਹਾ ਜਾਂਦਾ ਕਿ ਦਸਵੇਂ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਰਹਿੰਦੇ ਹੈ ਜਾਂ ਹੇਮਕੁੰਡ ਸਾਹਿਬ ਰਹਿੰਦੇ ਹੈ। ਅਸੀਂ ਹਜ਼ੂਰ ਸਾਹਿਬ ਜਾਣਾ ਹੈ, ਨਮਸਕਾਰ ਕਰਨੀ, ਮੇਰੇ ਸਤਿਗੁਰੂ ਨੇ ਸਾਨੂੰ ਇੱਥੇ ਕੀ ਉਪਦੇਸ਼ ਦਿੱਤਾ? ਗੁਰੂ ਸਾਹਿਬ ਕਿੱਥੇ ਨਹੀਂ ਰਹਿੰਦੇ, ਉਹ ਤੇ ਜਰਰੇ ਜਰਰੇ ਚ ਹਰ ਥਾਂ ਹਨ। ਦਸਵੇਂ ਪਾਤਸ਼ਾਹ ਨੇ ਭਾਣਾ ਵਰਤਾਉਣ ਤੋਂ ਪਹਿਲਾਂ ਆਪਣੇ ਤਿੰਨ ਰੂਪ ਦੱਸੇ ਹੈ, ਪਹਿਲਾਂ ਨਿਰਗੁਣ ਸਰੂਪ ਤ੍ਰੈਗੁਣ ਤੋਂ ਨਿਆਰਾ, ਦੂਸਰਾ ਸ਼ਿਵ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੇ ਬਚਨ ਸੁਣਨੇ ਗੁਰਬਾਣੀ ਸੁਣੋ, ਬਚਨ ਕਰਨੇ ਨੇ ਗੁਰਬਾਣੀ ਆਹ ਪੜ੍ਹੋ। ਤੀਸਰਾ ਸਰੂਪ ਖਾਲਸਾ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਨੂੰ ਕਰਨ ਵਾਸਤੇ। ਸਤਿਗੁਰੂ ਹਰ ਥਾਂ ਹਨ, ਜਲਦ ਜਲਦ ਵਿੱਚ। ਇਸ ਕਰਕੇ ਗੁਰੂ ਤੇ ਸਾਨੂੰ ਭਰੋਸਾ ਸਾਧ ਸੰਗਤ ਦੀ ਲਿਆਉਣਾ। ਮੇਰੇ ਸਾਹਿਬ ਕਹਿੰਦੇ ਪਲ ਕਰੋ ਗੁਰ ਮੇਰੇ ਸੰਗ ਸਦਾ ਹੈ ਨਾਲੇ। ਕਈ ਵਾਰ ਦਾਸ ਬੇਨਤੀ ਕਰਦਾ, ਭਾਈ ਜੋਗਾ ਸਿੰਘ ਦਾ ਅਸੀਂ ਪ੍ਰਸੰਗ ਸੁਣਦੇ ਹਾਂ, ਵੀ ਜਦੋਂ ਹੁਸ਼ਿਆਰਪੁਰ ਆਇਆ ਉਹਦੀ ਅੱਖਾਂ ਰੂਪ ਤੱਕ ਉਹਦਾ ਮਨ ਡੋਲ ਗਿਆ। ਉਹ ਕਿਉਂ ਚਬਾਰਨ ਤੁਰਿਆ? ਉਹਨੂੰ ਇਹ ਸੀ ਕਿ ਦਸਵੇਂ ਪਾਤਸ਼ਾਹ ਤਾਂ ਆਨੰਦਪੁਰ ਸਾਹਿਬ ਨੇ, ਇੱਥੇ ਮੇਰਾ ਕੋਈ ਨਾਂ ਨਹੀਂ ਜਾਣਦਾ, ਹਨੇਰਾ ਹੈ। ਜੇ ਭਰੋਸਾ ਹੁੰਦਾ ਮੇਰਾ ਕਲਗੀਆਂ ਵਾਲਾ ਅੰਗ ਸੰਗ ਹੈ, ਮਨ ਚ ਫੁਰਨਾ ਵੀ ਨਾ ਆਉਂਦਾ। ਇਸ ਕਰਕੇ ਗੁਰੂ ਦੀ ਸ਼ਰਨ ਦਾ ਭਾਵ ਹੈ ਕਿ ਸਤਿਗੁਰੂ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਣਾ, ਸਾਧ ਸੰਗਤ ਹਾਜ਼ਰ ਨਾਜ਼ਰ ਸਮਝਣਾ। ਉਹ ਨਹੀਂ ਗੁਰੂ ਦੀ ਸ਼ਰਨ ਵਿੱਚ। ਤੇ ਭਾਈ ਸਾਹਿਬ ਕਹਿੰਦੇ ਪੀਰ ਮੀਰਦਾਂ ਪ੍ਰਿਹੜੀ ਸੁਖ ਸਤਿਗੁਰ ਸ਼ਰਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ। ਸਮਰੱਥ ਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ। ਪਿਆਰਿਓ, ਚੰਗੀ ਤਰ੍ਹਾਂ ਵਿਚਾਰ ਕਰ ਲਓ, ਬੁੱਝੋ। ਬੁੱਝੋ ਦਾ ਭਾਵ ਕੀ ਹੈ? ਜਾਣਨਾ। ਕਿਸ ਤਰ੍ਹਾਂ ਜਾਣਨਾ? ਇੱਕ ਹੁੰਦਾ ਆਮ ਬਾਹਰਲਾ ਗਿਆਨ,
ਕੋਈ ਅੰਬ ਦਾ ਦਰਖਤ ਹੈ ਬਾਹਰਲਾ ਆਪਾਂ ਪੜ੍ਹ ਲਿਆ ਵੀ ਇੰਨਾ ਸੋਹਣਾ ਇੰਨਾ ਵੱਡਾ ਇੰਨੀ ਦੇਰ 'ਚ ਅੰਬ ਲੱਗਦੇ ਆ ਅੰਬ ਬੜੇ ਮਿੱਠੇ ਹੁੰਦੇ ਆ ਆਹ ਇਹਦੇ ਵਿੱਚ ਇੰਨੇ ਆ ਜੇ ਸਾਰਾ ਕੁਛ ਜਾਣ ਲਿਆ ਲੇਕਿਨ ਖਾਧਾ ਨਹੀਂ ਇੱਕ ਨੇ ਤੋੜ ਕੇ ਮੂੰਹ 'ਚ ਪਾਇਆ ਹੁਣ ਉਹਨੂੰ ਪੁੱਛੋ ਵੀ ਕੀ ਸਵਾਦ ਹੈ ਉੱਤੇ ਕੀ ਅਸਰ ਹੈ ਇਹ ਹੈ ਬੁੱਝਣਾ ਇੱਕ ਹੈ ਖਾਲੀ ਜਾਣਨਾ ਮਾਰ ਕਹਿੰਦੇ ਬੁੱਝੋ ਕਰ ਵਿਚਾਰ ਇਹਦੀ ਚੰਗੀ ਤਰ੍ਹਾਂ ਵਿਚਾਰ ਕਰੋ ਗੰਭੀਰਤਾ ਨਾਲ ਲਵੋ ਪਿਆਰਿਓ ਬਿਰ ਸਤਿਗੁਰੂ ਨਾਮ ਨਾ ਪਾਈਏ ਬੁੱਝੋ ਕਰ ਵਿਚਾਰ ਨਾਨਕ ਪੂਰੈ ਭਾਗ ਦੇਖੋ ਜਿਨ ਮਸਤਕ ਧੁਰ ਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜ ਅੱਜ ਇਹਨਾਂ ਨੇ ਅੰਮ੍ਰਿਤ ਛਕਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਨੇ ਜਿਹੜੇ ਸਮਰੱਥ ਗੁਰੂ ਦੇ ਲੜ ਲੱਗੇ ਨੇ ਜਿਹੜੇ ਨਾਮ ਜਪਦੇ ਨੇ ਮਾਰ ਕਹਿੰਦੇ ਉਹ ਨਾ ਸਮਝ ਲਓ ਇਹ ਤਾਂ ਦਰਗਾਹ ਹੀ ਬਖਸ਼ਿਸ਼ ਹੈ ਮਹਾਂਪੁਰਸ਼ ਕਿਆ ਕਰਦੇ ਪ੍ਰੇਮੀਓ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੇਰੇ ਵਰਗੇ ਨੇ ਵੀ ਆਪਣਾ ਬਣਾ ਲਿਆ ਔਰ ਦੁਨੀਆ ਬਥੇਰੀ ਤੁਰੀ ਫਿਰਦੀ ਹੈ ਪਿਆਰੇ ਭੱਜੇ ਫਿਰਦੇ ਦਿਨ ਰਾਤ ਭੱਜੇ ਫਿਰਦੇ ਲੇਕਿਨ ਬਣਦਾ ਕੁਛ ਨਹੀਂ ਅਖੀਰ ਤੇ ਦਾਸ ਨੇ ਕਈਆਂ ਦੇ ਨਾਲ ਵਿਚਾਰ ਕੀਤੀ ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ ਨਾ ਤੇ ਫਿਰ ਉਹਨਾਂ ਦੇ ਪੱਲੇ ਪਛਤਾਵਾ ਹੀ ਹੁੰਦਾ ਸਾਸ ਬਣਿਆ ਨੇ ਕੁਛ ਨਹੀਂ ਭੱਜੇ ਫਿਰਦੇ ਦੁਨੀਆਂ ਦੇ ਇਤਿਹਾਸ ਪੜ੍ਹ ਕੇ ਦੇਖ ਲਓ ਭੱਜਾ ਹੀ ਫਿਰਦਾ ਭੱਜਾ ਹੀ ਫਿਰਦਾ ਆਹ ਵੀ ਕਰ ਲਈ ਆਹ ਵੀ ਕਰ ਲਈਏ ਤੇ ਅਖੀਰ ਤੇ ਜਾ ਕੇ ਖਾਲੀ ਹੱਥ ਝਾੜ ਕੇ ਜਾਂਦਾ ਕੁਛ ਨਹੀਂ ਨਾਲ ਲੈ ਕੇ ਨਹੀਂ ਜਾਂਦਾ ਕਰਦਾ ਕੀ ਰਿਹਾ ਇਕੱਠੇ ਕਰੀ ਜਾਂਦਾ ਆ ਛੋਟਾ ਜਿਹਾ ਬੱਚਾ ਉਹਨੂੰ ਪੁੱਛੋ ਕਿੰਨੀ ਚੀਜ਼ ਲੈਣੀ ਹੈ ਉਹ ਦੋਵੇਂ ਹੱਥ ਖਿਲਾਰ ਕੇ ਨਾ ਪਿੱਛੇ ਨੂੰ ਲੈ ਜਾਏਗਾ ਭਾਈ ਸਾਰੀ ਮਿਲ ਜਾਏਗਾ ਇਹੀ ਹਾਲ ਸਾਡਾ ਦਿਨ ਰਾਤ ਦੌੜਿਆ ਫਿਰ ਮੇਰਾ ਮਤਲਬ ਇਹ ਨਹੀਂ ਵੀ ਕੰਮ ਨਹੀਂ ਕਰਨਾ ਕੰਮ ਕਰਨਾ ਹੋਰ ਹੈ ਖਪ ਖਪ ਕੇ ਮਰਨਾ ਗੱਲ ਹੋਰ ਹੈ ਕਿਰਤ ਕਰਨੀ ਕੰਮ ਕਰਨਾ ਮਿਹਨਤ ਕਰਨੀ ਪਰ ਜਿਹੜਾ ਖਪ ਖਪ ਕੇ ਮਰਨਾ ਹੈ ਨਾ ਆਹ ਵੀ ਕਰ ਲਈਏ ਆਹ ਵੀ ਕਰ ਆਹ ਵੀ ਨਾ ਨਾ ਸੈਸ ਖਟੇ ਲੱਖ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵੇਖਿਆ ਕੇ ਕਰੈ ਨਹਿ ਤ੍ਰਿਪਤ ਆਵੈ ਖਪ ਖਪ ਮਰੈ ਮੇਰੇ ਸਾਹਿਬ ਕਹਿੰਦੇ ਨੇ ਅੱਗ ਉੱਤੇ ਬਾਲਣ ਪਾਇਆ ਕਦੀ ਅੱਗ ਨਹੀਂ ਜੇ ਬੁੱਝਦੀ ਅੱਗ 'ਤੇ ਪਾਣੀ ਪਾਉਣਾ ਪਏਗਾ ਜਿਉਂ ਜਿਉਂ ਬਾਲਣ ਪਾਓਗੇ ਭਾਂਬੜ ਉੱਚੇ ਜਿਉਂ ਪਾਵਕ ਈਤ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ ਇਸੇ ਤਰ੍ਹਾਂ ਧਨ ਪਦਾਰਥ ਜਿਉਂ ਜਿਉਂ ਵੱਧਦੇ ਜਾਣਗੇ ਆਸਾ ਤ੍ਰਿਸ਼ਨਾ ਚਿੰਤਾ ਦੀਆਂ ਲਾਟਾਂ ਭਾਂਬੜ ਉੱਚੇ ਹੁੰਦੇ ਜਾਣਗੇ ਸੁੱਖ ਨਹੀਂ ਮਿਲਦਾ ਸੁੱਖ ਤੇ ਗੁਰੂ ਦੀ ਸ਼ਰਨ ਵਿੱਚ ਹੈ ਸੁੱਖ ਨਾਮ ਦੇ ਵਿੱਚ ਹੈ ਤੇ ਜਦੋਂ ਨਾਮ ਨਾਲ ਜੁੜ ਗਏ ਨਾ ਛੱਪਰੀ ਵਿੱਚ ਵੀ ਆਨੰਦ ਕੱਚੇ ਕੋਠੇ ਵਿੱਚ ਵੀ ਆਨੰਦ ਗਰੀਬੀ ਵਿੱਚ ਵੀ ਆਨੰਦ ਅਮੀਰੀ ਵਿੱਚ ਵੀ ਆਨੰਦ ਰਾਜ ਭਾਗ ਵਿੱਚ ਵੀ ਆਨੰਦ ਕਿਉਂ ਅੰਦਰੋਂ ਜੁੜਿਆ ਹੋਇਆ ਗਰੀਬੀ ਹੈ ਤੇ ਮਨ ਉਦਾਸ ਨਹੀਂ ਤੇ ਜੇ ਅਮੀਰੀ ਹੈ ਰਾਜ ਭਾਗ ਹੈ ਤੇ ਹੰਕਾਰ ਨਹੀਂ ਤੇ ਜੇ ਅੰਦਰੋਂ ਜੁੜਿਆ ਨਹੀਂ ਗਰੀਬੀ ਵਿੱਚ ਵੀ ਦੁਖੀ ਤੇ ਅਮੀਰੀ ਵਿੱਚ ਰਾਜ ਭਾਗ ਵਿੱਚ ਵੀ ਹੰਕਾਰ ਹੀ ਹੋ ਜਾਏਗਾ ਪਿਆਰੇ ਵਾਲੇ ਇਸ ਕਰਕੇ ਗੁਰੂ ਦੀ ਸ਼ਰਨ ਜਦੋਂ ਹੋਵਾਂਗੇ ਫਿਰ ਸੁੱਖ ਹੀ ਸੁੱਖ ਸੁੱਖ ਪਾਏ ਯੁਗ ਚਾਰ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਕਿਤੇ ਚਾਰ ਯੁੱਗ ਦਾ ਸਿਰਫ ਇਹ ਨਹੀਂ ਸੁਣਿਆ ਵੀ ਚਾਰ ਯੁੱਗ ਤੱਕ ਹੀ ਸੁੱਖ ਹੈ ਤੇ ਫਿਰ ਸੁੱਖ ਨਹੀਂ ਚਾਰ ਯੁੱਗ ਅਵਨਾਸ਼ੀ ਸੁਖ ਭਗਵਤ ਪੀਰ ਸਖਤ ਸਿਮਰ ਕੀ ਕਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸ਼ੀ ਅਵਨਾਸ਼ੀ ਰਾਜ ਹੈ ਪਿਆਰੇ ਆਹ ਜਿਹੜੇ ਸੰਸਾਰ ਦੇ ਸੁੱਖ ਨੇ ਨਾ ਜੇ ਇਕੱਠੇ ਕਰ ਲਈਏ ਤੇ ਇੱਕ ਬੂੰਦ ਮਾਤਰ ਹੈ ਉਹ ਅਥਾਹ ਸਮੁੰਦਰ ਹੈ ਜਿਹੜਾ ਅਵਨਾਸ਼ੀ ਸੁੱਖ ਹੈ ਆਨੰਦ ਹੈ ਕਿਉਂਕਿ ਉਹਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾ ਰਿਹਾ ਕਹਿੰਦੇ ਹੋਰ ਕੋਈ ਚੀਜ਼ ਹੋਵੇ ਤੇ ਦੱਸੀ ਜਾਵੇ ਨਾ ਉਹਦੇ ਮੁਕਾਬਲੇ ਜਿਹਨਾਂ ਨੂੰ ਉਹ ਆਨੰਦ ਪ੍ਰਾਪਤ ਹੋਇਆ ਨਾ ਕਹੋ ਕਬੀਰ ਗੂੰਗੇ ਗੁਰ ਖਾਇਆ ਪੁੱਛੇ ਤੋਂ ਕਿਆ ਕਹੀਏ ਗੁੰਗੇ ਨੂੰ ਗੁੜ ਕਹਿੰਦੇ ਕਿਤੇ ਮਿਠਿਆਈ ਦਾ ਜ਼ਿਕਰ ਆਉਂਦਾ ਆ ਯੂਪੀ ਦੇ ਇਲਾਕੇ ਵਿੱਚ ਉੱਧਰ ਦੇ ਜਿਹੜੇ ਵੀਰ ਨੇ ਨਾ ਉਹ ਗੁੜ ਨੂੰ ਮਿਠਿਆਈ ਵੀ ਕਹਿਣਗੇ ਵੀ ਮਿਠਿਆਈ ਖਾ ਲਓ ਕਹੂੰ ਭੂਮ ਪਿਆਰ ਨਾ ਪਾਵੇ ਇੱਥੇ
ਪੱਪੇ ਨੂੰ ਦਲਾਈਆਂ ਹਨ, ਐੜੇ ਨੂੰ ਕੰਨਾਂ ਤੇ ਰਾਰ ਪੈ ਆਰ। ਹੁਣ ਪੈ ਆਰ ਦਾ ਇੱਥੇ ਅਰਥ ਪਤਾ ਕੀ ਹੈ? ਉਹ ਯੂਪੀ ਦੇ ਵਿੱਚ ਉਹ ਜਿਹੜੇ ਉੱਧਰ ਲੋਕ ਨੇ ਨਾ, ਉਹ ਆਹ ਜਿਹੜੀ ਧਾਨਾਂ ਦੀ ਝੋਨੇ ਦੀ ਪਰਾਲੀ ਹੁੰਦੀ ਹੈ ਨਾ, ਇਹਨੂੰ ਕਹਿੰਦੇ ਆ ਆ ਪਿਆਰ ਇਕੱਠਾ ਕਰ ਲਓ ਪੈ ਆਰ ਪਰਾਲੀ, ਵੀ ਕਦੀ ਉਹ ਵੀ ਨਹੀਂ ਥੱਲੇ ਵਿਛਾਉਂਦਾ, ਕਫੂ ਭੂ ਪਿਆਰ ਨਾ ਪਾ। ਇਸ ਤਰ੍ਹਾਂ ਗੁੜ ਨੂੰ ਮਠਿਆਈ ਵੀ ਕਹਿੰਦੇ ਆ, ਕਿਤੇ ਮਠਿਆਈ ਦਾ ਨਾਂ ਆਉਂਦਾ, ਕਿਤੇ ਗੁੜ ਦਾ ਨਾਂ ਆਉਂਦਾ। ਗੁੰਗਾ ਦੱਸ ਨਹੀਂ ਸਕਦਾ ਵੀ ਕਿੰਨਾ ਸਵਾਦ ਹੈ, ਕੱਛਾ ਮਾਰਨ ਲੱਗ ਪੈਂਦਾ। ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ। ਚੁੱਪ ਦਾ ਮਤਲਬ ਆਮ ਅਸੀਂ ਕਹਿੰਦੇ ਹਾਂ ਵੀ ਮੂੰਹ ਧਾਰਨ ਕਰ ਲੈ ਬੋਲਦਾ ਨਹੀਂ, ਨਹੀਂ ਚੁੱਪ ਇੱਕ ਅਵਸਥਾ ਹੈ। ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ, ਇੱਕ ਤੇ ਖਤਮ ਹੁੰਦੀ। ਜਦੋਂ ਦੋ ਤੋਂ ਇੱਕ ਹੋ ਜਾਂਦੇ ਨੇ ਨਾ, ਇਹ ਵਿਦ ਕਰਤ ਤਪੱਸਿਆ ਭਇਓ ਦੁਆ ਤੇ ਏਕ ਰੂਪ ਹੋਏ ਗਇਓ, ਆਪ ਤੋਂ ਜਾਚੜਾ ਸੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੈ ਪਛਾਣੀ। ਰਾੜਾ ਸਾਰੇ ਮਹਾਂਪੁਰਸ਼ਾਂ ਦੇ ਹੱਥ ਲਿਖ ਜਿਹੜੇ ਬਚਨ, ਉਹਦੇ ਵਿੱਚ ਬਚਨ ਆਉਂਦਾ ਹੈ, ਕਹਿੰਦੇ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾ, ਫਿਰ ਉਹ ਚੁੱਪ ਕਰ ਜਾਂਦੇ ਨੇ। ਕਹਿੰਦੇ ਹੁਣ ਅਸੀਂ ਵੀ ਚੁੱਪ ਕਰ ਗਏ, ਅਸੀਂ ਵੀ ਕਹਿੰਦੇ ਹੁਣ ਚੁੱਪ ਕਰ ਗਏ, ਪਰ ਅਖੀਰ ਤਾਂ ਕੀਰਤਨ ਕਰਦੇ ਰਹੇ। ਚੁੱਪ ਕਰ ਗਏ, ਹੁਣ ਉਹ ਨਹੀਂ ਬੋਲਦੇ। ਕੌਣ ਬੋਲਦਾ? ਪ੍ਰਭ ਜੀ ਬਸੈ ਸਾਧਗੀ ਰਸਨ ਨਾਨਕ ਜਨ ਕਾ ਦਾਸਨ ਦਸਨ। ਉਹ ਹੈ ਅਵਨਾਸ਼ੀ ਸੁਖ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਜੋ ਵਿਚਾਰ। ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਹੈ, ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਇੱਥੇ ਵੀ ਮੁੱਖ ਉਜਲੇ, ਅੱਗੇ ਮੁੱਖ ਉਜਲੇ। ਉਹਨਾਂ ਬਾਰੇ ਮਰ ਕਹਿੰਦੇ ਉਸਤਤ ਮਨ ਹੈ ਕੰਨ ਰੰਕਾਰ ਕਰਮਲ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਏ ਜੀਓ, ਨੈਨੋ ਪੇ ਠਾਕੁਰ ਕਾ ਰੰਗ, ਸਾਰ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰੋ ਗੋਬਿੰਦ, ਮਿਟੈ ਪਾਪ ਜਪਿਆ ਹਰ ਬਿੰਦ, ਕਰ ਹਰ ਕਰਮ ਸਰਮ ਹਰ ਕਥਾ, ਹਰ ਦਰ ਕੈ ਨਾਨਕ ਉਜਲ ਮਤ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ। ਉਹਨਾਂ ਧਨ ਧਨ ਹੁੰਦੀ ਹੈ, ਉਹਨਾਂ ਦਾ ਲੋਕ ਪਲੋ ਸੇਲਾ ਹੁੰਦਾ ਹੈ, ਉਹਨਾਂ ਨੂੰ ਸਦਾ ਅਵਨਾਸ਼ੀ ਸੁੱਖ ਹੈ। ਇੱਕ ਪਾਸੇ ਦਰਕਾਰ ਹੈ, ਇੱਕ ਪਾਸੇ ਜੈ ਜੈਕਾਰ ਹੈ। ਜਿਨ੍ਹਾਂ ਨੇ ਮਨ ਦੀ ਮਰਜ਼ੀ ਕੀਤੀ ਉਹਨਾਂ ਦੇ ਜੀਵਨ ਨੂੰ ਦਰਕਾਰਾਂ ਪੈਂਦੀਆਂ। ਜਿਨ੍ਹਾਂ ਨੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਸੇਵਾ ਸਿਮਰਨ ਵਿੱਚ ਲੱਗ ਗਏ, ਗੁਰੂ ਦੇ ਵਿੱਚ ਹੀ ਅਭੇਦ ਹੋ ਗਏ ਪਿਆਰਿਓ, ਉਹਨਾਂ ਜੀਵਨ ਧਨ ਹੋ ਜਾਂਦਾ। ਉਹ ਆਪ ਹੀ ਤਰਦੇ ਨੇ, ਤਾਰਨ ਹਾਰੇ ਬਣ ਜਾਂਦੇ ਆ, ਔਰ ਉਹਨਾਂ ਨੂੰ ਅਵਨਾਸ਼ੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਖ ਪਾਏ ਜੁਗ ਚਾਰ, 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 ਪੂਰੇ ਪਾਕ ਸਤਿਗੁਰ ਮਿਲੇ, ਪੂਰੇ ਪਾਕ ਸਤਿਗੁਰ ਮਿਲੇ, ਨਾਨਕ ਚਾਰ, ਸੁਖ ਪਾਏ ਜੁਗ
सतगुरु नाम ना पाहिए बुझू कर विचार नान पूरे भाव सतगुरु मिले सुख पाए जुग चार। आओ सत्संग जी हुण समा हो रहा है होइयां पुलां दी आप जी ने खिमा कर कल 27 नवंबर ते 28 नवंबर दो दिन दे जिहड़े दीवान हन मुदकी दे नेड़े गिल नगर है भाई मक्खन सिंह जी मनीले वाले सारे नगर वालों दो दिन दे समागम हन 11 तो लैके 3 बजे तक। उस तो बाद 30 तरीक नूं शहर सुरूर वाले महापुरशां दे जो सलाना समागम हुंदे 28 ने 33 है 30 तरीक नूं दास ने भी रंधावे वाले महापुरशां ने भी उत्थे पहुंचना है। संगत वास्ते वड्डी बस तैयार है 50 सीटर जिन्हां ने जाना है 8 बजे वह बस बलौंगी तो चलेगी इथों की संगत जिहड़ी है उन्हां नूं इह भाई नसीब सिंह जी भाई सुखविंदर सिंह सैट कर लैणगे इत्थे प्रेमी ज्यादा होए बस इथों लैके उत्थे पहुंच जाएगी। जिन्हां ने इत्थे नेड़े ने पहुंचना है वह 7:30 तो पहला इत्थे गुरद्वारा साहिब इकट्ठे हो बाकी संगत उत्थे 8 बजे तक जरूर बलौंगी पहुंच जाए क्योंकि 2.5 घंटे का रस्ता है ते फिर शाम नूं उत्थों वापस आ जाना है 30 तरीक नूं। उस तो बाद 1 दसंबर तो जिहड़े दीवान हन 1, 2, 3, 4 दसंबर राजपुरे जो गोबिंदपुरी है गोबिंद कलोनी उत्थे ग्राउंड पार्क जिहड़ी है उत्थे पहला दीवान लग्या करदे सन रात दे उत्थे दीवान हन करीब 6:30 तो लैके 9 बजे तक प्रोग्राम जिहड़ा है जां 6 तो 9 तक रखिया उन्होंने 4 दिन का प्रोग्राम है शाम का सत्संग जी राजपुरे का 1, 2, 3, 4 दसंबर। उस तो बाद जल्दी ही फिर 5 तरीक नूं शायद ऐतवार है 4 नूं ऐतवार भी है ते 6 दसंबर तो अपना ना वह फरवरी के तमोड़ दीवान हैं बाकी के जिहड़े दीवान हैं वह फिर अगले ऐतवार आप जी ने इत्थे सारे दसे जाणगे जिवें जिवें प्रोग्राम हैं। हुण कल ते परसों का गिल नगर 30 तरीक का शहर वड्डी बस जाएगी अपने नाम भाई नसीब सिंह जहोर सिंह लिखा दो 7:30 इत्थों चलना है 8 बजे जिहड़ा है उत्थों बलौंगी के स्थान तो सत्संग जी जाना है ते 1, 2, 3, 4 दसंबर के जिहड़े प्रोग्राम उहदे विच पूर्णमाशी भी आउणी है अथवा जो प्रोग्राम है वह बाद विच दस्या जाएगा। आओ सारे हुण इहदे नाल ही घनौर दे विच सलाना प्रोग्राम जिहड़े है वह